ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਿਕਰਮਜੀਤ ਸਿੰਘ ਮਜੀਠੀਆ ਨੇ ਜੱਗ ਜ਼ਾਹਿਰ ਕੀਤੇ, ਨਾਮੀ ਗੈਂਗਸਟਰਾਂ ਦੇ ਜੇਲ੍ਹ ਮੰਤਰੀ ਨਾਲ ਮਿੱਠੇ ਰਿਸ਼ਤੇ, ਤੇ ਫਿਰ ਜੇਲ੍ਹ ਮੰਤਰੀ ਰੰਧਾਵਾ ਨੇ ਵੀ ਕਿਹਾ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੇ ਜਦੋਂ ਤੱਕ ਮਜੀਠੀਏ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਹੀਂ ਸੁੱਟਦੇ। ਟਾਈਮ ਦੀ ਗੱਲ ਹੈ, ਅੱਜ ਸਾਡੇ ਵੀਰ ਦਾ ਨਾਂ ਬਦਨਾਮ ਕਰ ਰਿਹਾ ਹੈ। ਟਾਈਮ ਆਊ ਤੇ ਜ਼ਰੂਰ ਦੱਸਾਂਗੇ। ਕੀ ਦੱਸਣਾ ਉਹ ਤੁਸੀਂ ਭੁੱਲ ਗਏ ਉਹ ਦਿਨ ਕਿਵੇਂ ਕੰਨ ਤੋਂ ਫੜ ਕੇ ਅੰਦਰ ਦਿੱਤੇ ਸੀ, ਚੀਕਾਂ ਮਾਰਦਾ ਸੀ, ਔਰ ਮੈਂ ਇਹ ਦੱਸਦਾ ਜਿਹਦੇ ਸਿਰ 'ਤੇ ਮਾਰਦੇ ਉਹ ਨਾ ਡੀਂਗਾਂ ਅੰਦਰ ਬਹਿ ਕੇ ਜੇਲ੍ਹ 'ਚੋਂ ਦਿਨ ਪੁੱਠੀ ਗਿਣਤੀ ਉਹਦੀ ਵੀ ਸ਼ੁਰੂ ਹੋ ਗਈ ਹੈ ਜਿਹੜਾ ਰੱਬ ਨੂੰ ਭੁੱਲੀ ਬੈਠੇ। ਉਸ ਤੋਂ ਪਹਿਲਾਂ ਕਦੀ ਪੰਜਾਬ 'ਚ ਕੋਈ ਗੈਂਗਸਟਰ ਤੁਸੀਂ ਸੁਣਿਆ ਨਹੀਂ ਸੀ, ਨਾ ਹੀ ਕਦੀ ਇਹੋ ਜਿਹੀ ਕੋਈ ਚੀਜ਼ ਆਈ। ਟੈਰਿਸਟ ਤਾਂ ਸੁਣੇ ਸੀਗੇ ਅਤੇ ਗੈਂਗਸਟਰ ਕਦੀ ਪੰਜਾਬ 'ਚ ਨਹੀਂ ਸੁਣਿਆ। ਇਹਨਾਂ ਨੂੰ ਪੰਜਾਬ 'ਚ ਜੇ ਕਿਸੇ ਨੇ ਲਿਆਂਦਾ ਤਾਂ ਉਹ ਬਿਕਰਮ ਜੀਠੀਆ ਨੇ ਲਿਆਂਦਾ। ਇਹ ਮੈਂ ਤਾਂ ਬੋਲਿਆ ਕਿ ਇਹਨੂੰ 2-3 ਦਿਨ ਹੋ ਗਿਆ, ਕਿਉਂਕਿ ਕਈਆਂ ਨੂੰ ਮੂੰਹ ਦਾ ਕੀ ਜਲਾਬ ਹੋ ਜਾਂਦਾ ਕਿ ਹੈ ਇਹਨੂੰ ਜੋ ਪ੍ਰੋਬਲਮ ਆ, ਅਤੇ ਬਾਦਲਾਂ ਨੇ ਇੱਕ ਭੌਂਕਣ ਲਈ ਲਿਆ ਕੇ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੱਜ ਅਕਾਲੀ ਦਲ ਦੇ ਦੋ ਵੱਡੇ ਲੀਡਰ ਇੱਕ ਦੂਜੇ ਤੇ ਸਿੱਧੇ ਵਾਰ ਕਰਦੇ ਹੋਏ ਨਜ਼ਰ ਆਏ। ਵਿਕਰਮਜੀਤ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਨਾਮੀ ਗੈਂਗਸਟਰ ਸੁਖੀ ਜੱਗੂ ਭਗਵਾਨਪੁਰੀਏ ਵਰਗੇ ਗੈਂਗਸਟਰਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਦੀ ਸਾਂਠ ਗਾਂਠ ਦੱਸਦਿਆਂ ਹੋਇਆਂ ਜੱਗ ਜ਼ਾਹਿਰ ਕੀਤਾ ਕਿ ਕਿੱਦਾਂ ਗੈਂਗਸਟਰਾਂ ਦਾ ਨੈਕਸਸ ਸਰਕਾਰੀ ਤੰਤਰ ਦੇ ਕਰਕੇ ਆਏ ਦਿਨ ਵੱਧਦਾ ਜਾ ਰਿਹਾ ਹੈ, ਤੇ ਆਪ ਸਰਕਾਰੀ ਅਹੁਦੇਦਾਰ ਇਹਨਾਂ ਨੂੰ ਸ਼ਹਿ ਦੇ ਰਹੇ ਨੇ ਜੋ ਜੇਲ੍ਹ ਦੇ ਅੰਦਰ ਬੈਠ ਕੇ MLA ਤੱਕ ਨੂੰ ਧਮਕੀਆਂ ਦੇਣ ਤੋਂ ਬਾਜ਼ ਨਹੀਂ ਆਉਂਦੇ, ਤੇ ਇਸ ਦਾ ਜਵਾਬ ਦਿੰਦਿਆਂ ਹੋਇਆ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਅਕਾਲੀ ਦਲ ਦੇ ਕੁਝ ਅਜਿਹੇ ਰਾਜ ਖੋਲ੍ਹੇ ਜਿਸ ਤੋਂ ਬਾਅਦ ਅਕਾਲੀ ਦਲ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਗੁੱਸੇ 'ਚ ਲਾਲ ਹੋਏ ਰੰਧਾਵਾ ਨੇ ਟੇਬਲ 'ਤੇ ਹੱਥ ਮਾਰ ਮਾਰ ਕੇ ਮਜੀਠੀਏ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਕਿ ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ ਜਦੋਂ ਤੱਕ ਮਜੀਠੀਏ ਨੂੰ ਸਲਾਖਾਂ ਦੇ ਪਿੱਛੇ ਨਹੀਂ ਸੁੱਟ ਦਿੰਦੇ। ਉਜਾਗਰ ਕਰ ਰਹੇ, ਔਰ ਉਹਦਾ ਉਜਾਗਰ ਕਰਨ ਦਾ ਕਾਰਨ ਕੀ ਹੈ ਕਿ ਅੱਜ ਜਿਹੜੇ ਜੇਲ੍ਹ 'ਚ ਬੈਠੇ ਗੈਂਗਸਟਰ ਨੇ ਉਹਨਾਂ ਦੀ ਦਿਲਵਧੀ ਵੇਖੋ ਕਿ ਜੇਲ੍ਹ 'ਚ ਬੈਠੇ ਆਪਦੀ ਸਲਤਨਤ ਇਸ ਹੱਦ ਤੱਕ ਚਲਾ ਰਹੇ ਹੈ। ਪੰਜਾਬ ਪੁਲਿਸ ਦੀ ਅਖਬਾਰਾਂ 'ਚ ਖਬਰ ਲੱਗ ਰਹੀ ਅਖਬਾਰਾਂ 'ਚ ਕਿ ਹਾਂ ਜੀ, ਇਹਨਾਂ ਦਾ ਰੈਕਿਟ, ਚਾਹੇ ਉਹ ਕ੍ਰਿਮੀਨਲ ਐਕਟੀਵਿਟੀਜ਼ ਹੈ, ਚਾਹੇ ਉਹ ਐਕਸਟੋਰਸ਼ਨ ਹੈ, ਚਾਹੇ ਉਹ ਕਿਲਿੰਗਸ ਹੈ, ਚਾਹੇ ਉਹ ਡਰੱਗ ਦਾ ਹੈ, ਹਰ ਤਰੀਕੇ ਦਾ ਇਹਨਾਂ ਦਾ ਕ੍ਰਾਈਮ 'ਚ ਵਾਧਾ ਹੋ ਰਿਹਾ। ਔਰ ਉਸੇ ਤਹਿਤ ਅੱਜ ਤੋਂ 9 ਦਿਨ ਪਹਿਲਾਂ ਜਿਹੜਾ ਸਾਡਾ ਬੜਾ ਵੱਡਾ ਮੇਨ ਵਰਕਰ ਸੀ, ਸਰਕਲ ਦੇ ਪ੍ਰਧਾਨ ਸਨ, ਮੀਤ ਪ੍ਰਧਾਨ ਸੀ, ਵਾਈਸ ਪ੍ਰੈਜੀਡੈਂਟ ਸੀ ਸਾਡੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ, ਦਲਬੀਰ ਸਿੰਘ ਢਿੱਲਵਾਂ, ਅੱਜ 9 ਦਿਨ ਹੋ ਗਏ ਜੀ, ਉਹਦੇ ਬੱਚੇ ਅਨਾਥ ਹੋ ਗਏ, ਔਰਫਨ ਹੋ ਗਏ ਹੈ, ਮਾਤਾ ਦੀ ਡੈਥ ਹੋ ਗਈ ਹੈ, ਦਾਦਾ ਜੀ ਦੀ ਡੈਥ ਹੋ ਗਈ ਹੈ, ਇਕੱਲਾ ਬਾਪ ਦਾ ਸਾਇਆ ਸੀ ਉਹ ਵੀ ਚਲੇ ਗਿਆ, ਔਰ ਅੱਜ ਤੱਕ ਉਹ ਇਨਸਾਫ ਨਹੀਂ ਮਿਲ ਰਿਹਾ। ਇਹ ਸਾਰੀ ਚੀਜ਼ਾਂ ਨੂੰ, ਇਹ ਤਾਂ ਮੈਂ ਇੱਕ ਕੇਸ ਲੈ ਕੇ ਆਇਆ, ਅੱਜ ਕਿੰਨੇ ਕੇਸ ਹੈ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋ ਜਿਹੜੇ ਐਕਸਟੋਰਸ਼ਨ ਦੇ ਸਾਹਮਣੇ ਆਉਂਦੇ ਆ, ਮਗਰ ਲੋਕ ਉਹਨੂੰ ਦੱਸਦੇ ਨਹੀਂ ਛੇਤੀ ਕਿਤੇ। ਕਿਉਂ ਨਹੀਂ ਦੱਸਦੇ? ਕਿਉਂਕਿ ਜਦ ਦੱਸਦੇ ਵੀ ਹੈ ਤਾਂ ਆਪਦੇ ਕਿਸੇ ਜੀ ਨੂੰ, ਬੱਚੇ ਨੂੰ,
ਮਰਵਾ ਲੈਂਦੇ ਆ, ਉਹਦਾ ਰਿਜ਼ਲਟ ਨਹੀਂ ਨਿਕਲਦਾ। ਅਬੋਹਰ 'ਚ ਵੀ ਐਕਟਿਵ ਹੋ ਕੇ ਹਟਿਆ, ਉਹ ਤੋਂ ਪਹਿਲਾਂ ਜੈਤੋਂ ਹੋ ਕੇ ਹਟਿਆ ਸੀ। ਕਈ ਕੇਸ ਆਏ ਆ ਕਿ ਜਿਹਨੇ ਪੈਸਾ ਨਹੀਂ ਦਿੱਤਾ ਜਾਂ ਪੁਲਿਸ ਨੂੰ ਦੱਸਤਾ ਅਤੇ ਮੁੜ ਕੇ ਉਹਦੀ ਜਾਨ ਜਾਂਦੀ ਰਹੀ ਹੈ। ਔਰ ਅੱਜ ਵੀ ਮੈਂ ਇਹੀ ਗੱਲ DGP ਸਾਹਿਬ ਕੋਲ, ਅਸੀਂ ਸਾਰੇ MLA ਸਾਹਿਬਾਨਾਂ ਨੇ ਰੱਖੀ ਹੈ ਕਿ ਤੁਸੀਂ ਹਾਲਾਤ ਵੇਖ ਲਓ, ਕਿ ਸੁੱਖੀ ਜੱਗੂ ਦੀ ਜੋੜੀ ਦੀ ਦਿਲਵਧੀ ਵੇਖ ਲਓ। ਮੈਂ ਇਹ ਗੱਲਾਂ ਐਕਸਪੋਜ਼ ਕੀਤੀਆਂ, ਮੈਨੂੰ ਥਰੈਟ ਦੇਣੀ ਸ਼ੁਰੂ ਕਰਤੀ। ਇਹਨਾਂ ਨੂੰ ਕਮਲਿਆਂ ਨੂੰ ਇਹ ਨਹੀਂ ਪਤਾ ਕਿ ਮੈਨੂੰ ਥਰੈਟ ਕੀਤੇ ਮੈਂ ਕਿੱਥੇ, ਤੁਹਾਡੀਆਂ ਗੱਲਾਂ ਤੋਂ ਮੇਰੇ 'ਤੇ ਕੋਈ ਅਸਰ ਹੋ ਜਾਣਾ। ਜੇ ਮੈਨੂੰ ਕਿਸੇ ਦਾ ਖੌਫ ਹੈ, ਡਰ ਹੈ, ਤਾਂ ਸੱਚੇ ਪਾਤਸ਼ਾਹ ਦਾ ਜਿਹਨੇ ਸਾਹ ਮਜੀਠੀਏ 'ਚ ਦਿੱਤਾ। ਇਹ ਸੁੱਖੀ ਜੱਗੂ ਦੀ ਜੋੜੀ ਨਹੀਂ, ਕੰਨੋਂ ਫੜ ਕੇ ਅੰਦਰ ਦਿੱਤਾ ਸੀ। ਉਹ ਫੋਟੋ ਕੱਢ ਲਵੇ 2015 ਦੀ, ਸੁੱਖੀ ਰੰਧਾਵਾ ਚੇਤੇ ਆ ਜੂਗੀ। ਉਸੇ ਤਰ੍ਹਾਂ ਆ ਜੋੜੀ ਦਾ ਵੀ ਕੰਮ ਸਾਹਿਬ ਦੇ ਸਾਹਮਣੇ ਨੰਗਾ ਕਰਨਗੇ, ਤੁਸੀਂ ਵੇਖੋ। ਆ ਜਿਹੜਾ ਸੁਖਜਿੰਦਰ ਸਿੰਘ ਰੰਧਾਵੇ ਦੇ ਨਾਲ ਉਹਦੇ ਰਿਲੇਸ਼ਨ ਨੇ, ਆ ਮੈਂ ਤੁਹਾਨੂੰ ਬਾਅਦ 'ਚ ਸਰਕੂਲੇਟ ਕਰ ਦਿਆਂਗਾ। ਇਹਦੀਆਂ ਵੱਖ ਵੱਖ ਜੱਗੂ ਦੇ ਜਿਹੜੇ ਕੇਸਿਸ ਨੇ, ਟੋਟਲ 44 ਕੇਸ ਉਹਦੇ 'ਤੇ ਰਜਿਸਟਰਡ ਨੇ ਪੰਜਾਬ ਦੇ ਵਿੱਚ, ਪੂਰੇ ਪੰਜਾਬ 'ਚ। ਅਤੇ ਉਹਨਾਂ 'ਚੋਂ 29 ਜਿਹੜੇ ਨੇ ਉਹ ਇਕੱਲੇ ਹੀ ਵਿਕਰਮ ਮਜੀਠੀਏ ਦੇ ਇਲਾਕੇ ਦੇ ਨੇ, ਅੰਮ੍ਰਿਤਸਰ RJ ਰੂਰਲ ਦੇ। ਉਹਦੇ 'ਚ ਇਹਦਾ ਮਤਲਬ ਕਿ ਵਿਕਰਮ ਮਜੀਠੀਏ ਨੇ ਇੰਨੇ ਸਾਲ ਜਿਹੜਾ 14 ਤੋਂ ਲੈ ਕੇ ਜਾਂ 13 ਤੋਂ ਲੈ ਕੇ ਉਹਦਾ ਜੱਗੂ ਗੈਂਗਸਟਰ ਨੂੰ ਜਿਹੜਾ ਚਲਾਉਂਦਾ ਰਿਹਾ, ਅਤੇ ਉਹ ਸੁਖਜਿੰਦਰ ਸਿੰਘ ਰੰਧਾਵੇ ਦੇ ਕਹਿਣ 'ਤੇ ਚਲਾਉਂਦਾ ਰਿਹਾ। ਸੁਖਜਿੰਦਰ ਸਿੰਘ ਰੰਧਾਵਾ ਹਮੇਸ਼ਾ ਹੀ, ਤੁਸੀਂ ਸਾਰੇ ਪ੍ਰੈਸ ਵਾਲੇ ਵੀ ਬੈਠੇ ਹੋ, ਜਿੰਨਾ ਮੈਂ ਵਿਕਰਮ ਦੇ ਅਗੇਂਸਟ ਬੋਲਿਆ ਡਰੱਗਸ ਦੇ ਉੱਤੇ ਅਤੇ ਹੋਰਨਾਂ ਚੀਜ਼ਾਂ ਦੇ ਉੱਤੇ, ਅਤੇ ਜੇ ਜੱਗੂ ਮੇਰਾ ਬੰਦਾ ਸੀ ਤਾਂ ਫਿਰ ਇਹਨੂੰ ਉਸ ਵੇਲੇ ਇਮੀਡੀਏਟਲੀ ਉਹਦੇ 'ਤੇ ਐਕਸ਼ਨ ਕਰਨਾ ਚਾਹੀਦਾ। ਤੁਹਾਨੂੰ ਮੈਂ ਲਿਸਟ ਦੇ ਦਾਂਗਾ, ਉਹਦੇ 'ਚ 29 ਇਹਦੇ ਆਪਣੇ ਇਲਾਕੇ ਦੇ ਕੇਸਿਸ ਨੇ ਜਿਨ੍ਹਾਂ ਤੋਂ ਇਹ ਉਹ ਕਰਦਾ ਰਿਹਾ। ਇਹ ਜ਼ਰੂਰ ਆ ਕਿ ਜੇਲ੍ਹਾਂ ਦੇ ਵਿੱਚ ਜਿਹੜਾ ਮੈਂ ਸਖਤਾਈ ਕੀਤੀ ਆ ਅਤੇ ਜਿਹੜੀਆਂ ਗੱਲਾਂ ਕਰਦਾ, ਮੇਰੇ ਖਿਆਲ ਇਹਦਾ ਜਿਹੜਾ ਅੰਦਰੋਂ ਜਿਹੜਾ ਕੰਮ ਚੱਲਦਾ ਸੀ ਉਹ ਵਿਕਰਮ ਦਾ ਅੱਗੇ ਨਾਲ ਬੰਦ ਹੋਇਆ। ਆ ਮੈਂ ਵੀਡੀਓ ਚੜ੍ਹਾਈ ਜੇਲ੍ਹ 'ਚੋਂ ਬੈਠੇ, ਫੈਸਿਲਿਟੀ ਸਾਰੀ ਹੈ। ਮੈਂ ਤਾਂ ਅੱਗੇ ਕਿਹਾ ਉਹਨੂੰ ਬਾਹਰ ਆਉਣ ਦੀ ਕੀ ਲੋੜ ਹੈ, ਬਾਹਰ ਆਊਗਾ ਅਤੇ ਕਿਸੇ ਗੈਂਗਵਾਰ 'ਚ ਪੰਗਾ ਪੈ ਸਕਦਾ, ਪ੍ਰੈਸ ਵਾਲੇ ਵੀਰ ਨੌਲਾ ਪਾਉਣਗੇ, ਕਿਸੇ ਪੁਲਿਸ ਨੇ ਮੁਕਾਬਲਾ ਕਰ ਦੇਣਾ। ਉਹਦੇ ਲਈ ਸਭ ਤੋਂ ਸੇਫ ਜਗ੍ਹਾ ਜਿਵੇਂ UP ਬਿਹਾਰ 'ਚ ਵੇਖੋ, ਵੱਡੇ ਗੈਂਗਸਟਰ ਜੇਲ੍ਹ 'ਚ ਰਹਿ ਕੇ ਰਾਜੀ ਹੈ ਜੇ ਉਹਨਾਂ ਨੂੰ ਫੈਸਿਲਿਟੀ ਸਾਰੀ ਮਿਲ ਜੇ। ਔਰ ਫੈਸਿਲਿਟੀ ਇਸ ਹੱਦ ਤੱਕ ਮਿਲ ਗਈ ਕਿ ਉਹਦੇ ਕੋਲ ਸਾਰੀ ਲੇਟੈਸਟ ਇਕਵਿਪਮੈਂਟ ਦਾ ਐਕਸੈਸ ਹੈ। ਤੁਹਾਡੇ ਕੋਲ ਹਲੇ ਲੇਟੈਸਟ ਆਈਫੋਨ, ਲੇਟੈਸਟ ਗੈਜਟਰੀ 'ਤੇ ਐਕਸੈਸ ਨਹੀਂ ਹੋਣਾ ਜਿੰਨਾ ਜੱਗੂ ਭਗਵਾਨਪੁਰੀਏ ਕੋਲ ਜੇਲ੍ਹ 'ਚ। ਔਰ ਜੱਗੂ ਭਗਵਾਨਪੁਰੀਏ ਦਾ ਨੈਕਸਸ ਕਿਉਂ ਇਕੱਲਾ ਫੈਲ ਰਿਹਾ? ਮੈਂ ਜਿਸ ਦਿਨ ਦੇ ਖੁਲਾਸੇ ਕੀਤੇ ਮੈਂ ਦੋ ਗੱਲਾਂ ਕਹੀਆਂ ਸਨ ਔਰ ਦੋਵੇਂ ਸੱਚੀਆਂ ਹੋ ਗਈਆਂ। ਉਹਦਾ ਭਰਾ ਮੰਨੂ ਭਗਵਾਨਪੁਰੀਆ ਜਿਹੜਾ ਇਹ ਸੁੱਖੀ ਜੱਗੂ ਮੰਨੂ ਜਿੰਨਾ ਐਕਸਟੋਰਸ਼ਨ ਹੈ, ਇਹ ਉਹ ਸੁੱਖਾ ਰਾਜੂ ਵਾਲਾ ਬੱਬੂ ਇਹ ਜਿੰਨਾ ਐਕਸਟੋਰਸ਼ਨ ਦਾ ਪੈਸਾ ਉਹ ਜਾ ਕਿੱਥੇ ਰਿਹਾ? ਜਾਂ ਜਾ ਰਿਹਾ ਹੈ ਕਬੱਡੀ 'ਚ, ਜਿਵੇਂ ਇੱਕ IPL ਲੀਗ ਚਲਾਤੀ ਹੈ। ਔਰ ਇਹ ਅਖਬਾਰਾਂ ਨੇ ਦਿਖਿਆ, ਤੁਹਾਡੀ ਅੰਗਰੇਜ਼ੀ ਅਖਬਾਰਾਂ 'ਚ ਆਇਆ। ਔਰ ਮੈਂ ਕਿਹਾ ਜਦ ਇਹ ਬੰਦਾ ਅੰਦਰ ਬੈਠਿਆ ਇੰਨੀ ਕਮਾਈ ਕਰ ਰਿਹਾ ਹੈ। ਦੂਸਰੀ ਇਹਨੇ ਚੀਜ਼ ਕੱਲ੍ਹ ਜਿਹੜੀ ਕੀਤੀ ਹੈ ਪ੍ਰੈਸ ਕਾਨਫਰੰਸ, ਉਹਦੇ 'ਚ ਇਹਨੇ ਕਿਹਾ ਕਿ ਜੱਗੂ ਦਾ ਇੱਕ ਭਰਾ, ਉਹਦਾ ਨਾਮ ਮੰਨੂ ਕਿ ਕੀ ਇਹਨੇ ਕੋਈ ਕਿਹਾ, ਇਹਦੇ 'ਚ ਲਿਖਿਆ ਉਹਨਾਂ ਨੇ ਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਭਗਵਾਨਪੁਰ। ਇਹ 2014 ਦੀ FIR ਉਹਦੇ 'ਤੇ ਦਰਜ ਆ, NDPS ਪਾਸਪੋਰਟ ਦੀ ਔਰ ਇਲੀਗਲ ਵੈਪਨਸ ਦੀ। ਉਹ 15 ਦੇ ਵਿੱਚ
ਇੰਡੀਆ ਛੱਡ ਕੇ ਅਤੇ ਬਾਹਰਲੀ ਕੰਟਰੀ ਚਲਾ ਗਿਆ, ਉਹ ਵੀ ਸੁਖਜਿੰਦਰ ਸਿੰਘ ਨੇ ਭੇਜਿਆ ਕਿ ਬਿਕਰਮ ਮਜੀਠੀ ਨੇ ਭੇਜਿਆ। ਇਹ ਬਿਕਰਮ ਮਜੀਠੀ ਨੇ ਉਹਨਾਂ ਦੇ ਉਹਦਾ ਸ਼ੈਲਟਰ ਇਹ ਕਰਦਾ ਰਿਹਾ, ਉਹਦੇ ਭਰਾ ਨੂੰ, ਉਹਦੇ ਪਰਿਵਾਰ ਨੂੰ ਉਹਨਾਂ। ਔਰ ਦਲੇਰੀ ਵੇਖੋ, ਜਿਸ ਦਿਨ ਦਾ ਮੈਂ ਆ ਜ਼ਿਕਰ ਕੀਤਾ, ਜੱਗੂ ਅਤੇ ਸੁੱਖੀ ਦਾ ਖੁਲਾਸਾ ਕੀਤਾ, ਉਹ ਮੰਤਰੀ ਬਾਹਰ ਬੈਠਾ ਰੌਲਾ ਦੱਬ ਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਨਾਲ ਹੀ ਉਹਦਾ ਸਾਥੀ ਜੱਗੂ ਜੇਲ੍ਹ ਤੋਂ ਅੰਦਰ ਤੋਂ ਇੱਕ MLA ਨੂੰ, ਫਾਰਮਰ ਮਿਨਿਸਟਰ ਨੂੰ, ਸਾਡੇ ਵਰਗੇ ਨੂੰ ਥਰੈਟ ਕਰ ਰਿਹਾ, ਅਤੇ ਸਧਾਰਨ ਬੰਦੇ ਦਾ ਹਾਲ ਕੀ ਹੋਣਾ? ਤੁਸੀਂ ਸਮਝਦੇ ਹੋ ਕਿ ਸਧਾਰਨ ਬੰਦੇ ਦੀ ਲੱਤਾਂ 'ਚ ਇੰਨੀ ਜਾਨ ਹੋਊਗੀ ਕਿ ਉਹ ਪੁਲਿਸ ਕੋਲ ਜਾ ਕੇ ਰਿਪੋਰਟ ਕਰ ਦੂ? ਆਹ ਗੁਰਦੀਪ ਭਲਵਾਨ ਕਾਂਗਰਸ ਦਾ ਕਾਉਂਸਲਰ ਸਾਹਿਬ ਸਨ, ਉਹਦਾ ਮਰਡਰ ਕਰਤਾ, ਨਾਮਜ਼ਦ ਜੱਗੂ ਭਗਵਾਨਪੁਰੀਆ ਹੋਇਆ, ਕੀ ਹੋਇਆ ਅੱਜ ਤੱਕ? ਔਰ ਉਸ ਤੋਂ ਬਾਅਦ ਉੱਤੇ ਕੇਸ ਵਧੇ ਹੈ, ਅਤੇ ਕੀ ਇਹ ਜੇਲ੍ਹ ਪ੍ਰਸ਼ਾਸਨ ਦੀ, ਪੰਜਾਬ ਸਰਕਾਰ ਦੇ ਵਜ਼ੀਰ ਦੀ ਅਟਰ ਫੇਲੀਅਰ ਨਹੀਂ, ਮਿਲੀ ਭੁਗਤ ਨਹੀਂ, ਪੇਟਰਨੇਜ ਨਹੀਂ? ਔਰ ਮੈਂ ਅੱਜ ਗੱਲ ਸਪਸ਼ਟ ਕਰ ਦਿਆਂ, ਆਹ ਜਿਹੜੇ ਮੈਂ ਆਹ ਤੁਹਾਡੇ ਕੋਲ ਲੈ ਕੇ ਆਇਆ, ਆਹ ਵੇਖੋ ਮੇਰੀ ਜ਼ਿੰਮੇਵਾਰੀ ਹੈ, ਜੇ ਕਿਸੇ ਨਾਲ ਬੇਇਨਸਾਫੀ ਹੋ ਰਹੀ ਹੈ, ਕਿਸੇ ਦਾ ਕਤਲ ਹੋ ਰਿਹਾ, ਐਕਸਟੋਰਸ਼ਨ ਹੋ ਰਹੀ ਹੈ, ਜੇ ਮੇਰੇ ਧਿਆਨ 'ਚ ਆਊ ਜਾਂ ਸਾਡੇ MLA ਵੀਰਾਂ ਦੇ ਧਿਆਨ 'ਚ ਆਊ, ਅਸੀਂ ਅੱਜ ਮਨ ਬਣਾ ਲਿਆ ਕਿ ਜੋ ਮਰਜ਼ੀ ਹੋ ਜੇ, ਅੱਜ ਇਸ ਥਰੈਟ ਤੋਂ ਬਾਅਦ ਤਾਂ ਪੱਕਾ ਹੀ ਮਨ ਬਣਾ ਲਿਆ ਸਾਰਿਆਂ ਨੇ ਕਿ ਠੋਕ ਕੇ ਲੜਾਈ ਲੜਾਂਗੇ ਇਹ ਸੁੱਖੀ ਜੱਗੂ ਦੇ ਸਾਰੇ ਨੈਕਸਸ ਨੂੰ, ਜਾਂ ਇਹੋ ਜਿਹੇ ਜਿੰਨੇ ਨੈਕਸਸ ਚੱਲਦੇ ਆ ਗੈਂਗਸਟਰ ਦੇ, ਪੁਲਿਸ, ਪੋਲੀਟੀਸ਼ੀਅਨ, ਗੈਂਗਸਟਰ ਨੈਕਸਸ ਨੂੰ ਬੇਕਨਕਾਬ ਕਰਾਂਗੇ। ਆਹ ਮੇਰੀ ਆਹ ਇੰਸਟਾਗ੍ਰਾਮ ਦਾ ਮੈਂ ਪਹਿਲਾਂ ਤੁਹਾਨੂੰ ਚੜ੍ਹਾਉਣ ਲੱਗਿਆ, ਆਹ ਪਹਿਲਾਂ ਸੀਗਾ ਜੀ, ਆਹ ਵੇਖ ਲਓ, ਮੈਂ ਸਾਰੀ ਪ੍ਰਿੰਟ ਆਊਟ ਲੈ ਕੇ ਤੁਹਾਨੂੰ ਕਾਪੀਆਂ ਦੇ ਕੇ ਜਾਊਂਗਾ ਜੀ। ਆਹ ਉਸ ਦਿਨ ਦੀ ਮੇਰੀ ਵੀਡੀਓ ਹੈ, ਆਹ ਮੈਂ ਨਾਭੀ ਰੰਗ ਦੀ ਪੱਗ ਬੰਨੀ ਸੀ, ਤੁਸੀਂ ਆਪਦਾ ਕੱਢ ਲਿਓ ਉਸ ਦਿਨ ਦਾ। ਜਿਸ ਦਿਨ ਮੇਰੀ ਇਹ ਵੀਡੀਓ ਚੜ੍ਹਦੀ ਹੈ, ਜੱਗੂ ਭਗਵਾਨਪੁਰੀਏ ਦੇ ਦੋ ਪੇਜਿਸ ਚੱਲਦੇ, ਇੱਕ ਜੱਗੂ ਭਗਵਾਨਪੁਰੀਆ, ਇੱਕ ਭਗਵਾਨਪੁਰੀਆ ਜੱਗੂ। ਔਰ ਪਹਿਲੇ 'ਚ ਵੇਖੋ ਕੀ ਲਿਖਿਆ, ਮੇਰੀ ਵੀਡੀਓ ਲਾ ਕੇ ਥੱਲੇ ਕਹਿੰਦਾ, ਜੇਲ੍ਹ ਕੀ ਸਲਾਖੋ ਮੈਂ ਇਤਨਾ ਦਮ ਨਹੀਂ ਕਿ ਹਮਾਰੇ ਹੌਸਲੇ ਕੇ ਫੌਲਾਦ ਕੋ ਰੋਕ ਸਕੇ, ਜਿਸ ਦਿਨ ਮਰਜ਼ੀ ਹੋਗੀ ਜੰਜੀਰ ਕੋ ਤੋੜ ਕਰ ਖੁੱਲੇ ਆਸਮਾਨ ਕਾ ਮੰਜ਼ਰ ਦੇਖ ਲੇਂਗੇ। ਸ਼ਰੇਆਮ ਕਹਿੰਦਾ ਕਿ ਇਹ ਜੱਗੂ ਭਗਵਾਨਪੁਰੀਆ ਜਿਸ ਦਿਨ ਚਾਹੂ ਉਸ ਦਿਨ ਜੇਲ੍ਹ ਦੀਆਂ ਸਲਾਖਾਂ ਤੋੜ ਕੇ ਨਿਕਲੂ ਸਿੱਧਾ ਹੀ। ਔਰ ਥੱਲੇ ਮੇਰੀ ਵੀਡੀਓ ਇਹਨਾਂ ਨੇ ਟੈਗ ਕੀਤੀ ਹੋਈ। ਅਗਲਾ ਪੇਜ ਵੇਖੋ, ਆਹ ਮੇਰੀ ਵੀਡੀਓ ਹੈ, ਆਹ ਥੱਲੇ ਬਾਕੀ ਤਾਂ ਕਮੈਂਟ ਕਿੰਨੇ ਆਏ ਆ ਉਹ ਤੁਸੀਂ ਆਪ ਹੀ ਵੇਖ ਲਿਓ। ਇੱਕ ਕਮੈਂਟ ਆਉਂਦਾ ਕਹਿੰਦਾ, ਅਜੇ ਤਾਂ ਬਹੁਤ ਕੁਛ ਹੋਣਾ ਮਜੀਠੀਆ ਸਾਹਿਬ, ਮੇਰਾ ਨਾਂ ਲੈ ਕੇ ਕਹਿੰਦਾ, ਅਜੇ ਤਾਂ ਬਹੁਤ ਕੁਛ ਹੋਣਾ ਮਜੀਠੀਆ ਸਾਹਿਬ, ਜੱਗੂ ਭਗਵਾਨਪੁਰੀ ਅੱਗੇ ਉਹਨੂੰ ਟੈਗ ਕੀਤਾ ਹੋਇਆ ਸਾਰੀ ਗੱਲ। ਅੱਗੇ ਵੇਖੋ ਕੀ ਕਹਿੰਦਾ, ਅੱਗੇ ਇਹ ਜੱਗੂ ਭਗਵਾਨਪੁਰੀਆ ਗਰੁੱਪ 'ਚ ਅੱਗੇ ਚੱਲਦੀ, ਫਿਰ ਮੇਰੀ ਲਾਈ ਹੈ ਇਹਨਾਂ ਨੇ ਵੀਡੀਓ। ਔਰ ਵੀਡੀਓ 'ਚ ਮੈਂ ਚੜਾ ਉਹ ਸੁਣਾਈ ਵੀਡੀਓ ਦੀ, ਕਲਿਪਿੰਗ ਸੁਣਾਇਓ ਵੀਡੀਓ ਦੀ, ਜਿਹੜੀ ਵੀਡੀਓ ਦੀ ਮੈਂ ਤੁਹਾਨੂੰ ਇੱਕ ਕਲਿਪਿੰਗ ਸੁਣਾਉਣੀ ਹੈ, ਉਹ ਕਲਿਪਿੰਗ ਸੁਣਾ ਕੇ ਅੱਗੇ ਮੇਰਾ ਆਪਦੇ ਜੱਗੂ ਭਗਵਾਨਪੁਰੀਆ ਉਹਦਾ ਜਵਾਬ ਦੇ ਰਿਹਾ। ਅੱਜ ਮੈਂ ਇਹਦੇ ਯਾਰ ਨੂੰ ਪੁੱਛਣਾ ਚਾਹੁੰਦਾ, ਸੁੱਖੀ ਰੰਧਾਵੇ ਨੂੰ, ਪਹਿਲਾਂ ਸੁਣ। ਇੱਕ
ਮਿੰਟ ਫਿਰ ਸੁਣਿਓ ਧਿਆਨ ਨਾਲ, ਜਿਸ ਰਿਵਾਈਂਡ ਜਿਸ ਰਿਵਾਈਂਡ ਤੁਸੀਂ ਗੜੇ ਧਿਆਨ ਨਾਲ ਰੱਖੋ, ਸਰਕਲ ਫੈਲਦਾ ਜਾ ਰਿਹਾ, ਸਰਕਲ ਲਫ਼ਜ਼ ਪੜਿਓ। ਰੋਕ ਲਿਓ ਜੀ ਹੁਣ ਅੱਗੇ ਕੀ ਕਹਿੰਦਾ ਭਗਵਾਨਪੁਰੀਆ ਜੱਗੂ, ਕਹਿੰਦਾ ਵੱਡੀ ਮੰਜ਼ਿਲ ਦੇ ਸਫ਼ਰ ਦਿਲ ਛੋਟੇ ਨਹੀਂ ਰੱਖਦੇ, ਇਹ ਸਰਕਲ ਵੱਧਦਾ ਹੀ ਜਾਣਾ ਹੈ। ਬਾਬਾ ਸੁੱਖੀ ਸੁੱਖ ਰੱਖੇ, ਬਾਬਾ ਸੁੱਖ ਰੱਖੇ ਸਾਰਿਆਂ ਨੂੰ। ਦੂਸਰੀ ਚੀਜ਼ ਆ ਮੈਂ ਹੁਣ ਤੁਹਾਨੂੰ ਨਾਲ ਹੁਣ ਫੋਟੋਗ੍ਰਾਫਸ ਵੀ ਵਿਖਾਈ ਜਾਂਦਾ ਕਿ ਜਿਹੜਾ ਇਹ ਕਹੀ ਜਾਂਦਾ ਆਹ ਫੋਟੋਆਂ ਨੇ, ਬਾਕੀ ਤਾਂ ਮੇਰੇ ਕੋਲ ਪਈਆਂ। ਜਦੋਂ ਹੁਣ ਫਿਰ ਦੁਬਾਰਾ ਬੋਲੇਗਾ ਉਹ ਸੈਕਿੰਡ ਜਿਹੜੀ ਹੈਗੀ ਆ ਇੰਸਟਾਲਮੈਂਟ ਉਹ ਕੱਢਾਂਗਾ। ਆ ਬਿਕਰਮਜੀਤ ਸਿੰਘ ਮਜੀਠੀਆ ਖੜਾ, ਇਹਦੇ ਨਾਲ ਪੰਮਾ ਸੁਲਤਾਨ ਵਿੰਡ ਖੜਾ, ਜਿਹੜੇ ਉਹ ਥੋੜ੍ਹੇ ਦਿਨ ਪਹਿਲਾਂ ਹੀ ਇਹਦੀ ਜਿਹੜੀ ਆ ਬੇਲ ਹੋਈ ਆ, ਇਹ ਬੇਲ ਨਹੀਂ ਹੋਈ ਕਿ ਉੱਥੋਂ ਪਰੋਲ 'ਤੇ ਬਾਹਰ ਆਇਆ ਜੇਲ੍ਹ 'ਚੋਂ, ਅੰਮ੍ਰਿਤਸਰ ਜੇਲ੍ਹ 'ਚੋਂ, ਅਤੇ ਉਹਦੇ ਨਾਲ ਜਗਰੂਪ ਸਿੰਘ ਚੰਦੀ ਅਤੇ ਨਾਲ ਵਿਰਸਾ ਸਿੰਘ ਵਟੋਏ ਅਤੇ ਵਿਰਸਾ ਸਿੰਘ ਸਿਰਸੇ ਦੇ ਨਾਲ, ਮਨਜਿੰਦਰ ਸਿੰਘ ਸਿਰਸੇ ਦੇ ਨਾਲ ਇਹੋ ਹੀ ਪੰਮਾ, ਇਹ ਤੁਸੀਂ ਆਪ ਜਾ ਕੇ ਅੰਮ੍ਰਿਤਸਰ ਦੇ ਵਿੱਚੋਂ ਵੈਰੀਫਾਈ ਕਰ ਸਕਦੇ ਹੋ ਕਿ ਇਹ ਬੰਦਾ ਕੌਣ ਹੈ ਅਤੇ ਇਹਦਾ ਕੀ ਇਹਦਾ ਬੈਕਗਰਾਊਂਡ ਇਹਦੀ ਕੀ ਹੈ। ਆਹ ਚੀਜ਼ ਇੱਕ ਆ, ਜਿਹੜੀ ਦੂਜੀ ਫੋਟੋ ਆ ਇਹਦੇ ਵਿੱਚ ਇੱਕ ਨੰਬਰ 'ਤੇ ਗੋਲੀ ਗੋਪੀ ਆ, ਇਹਦਾ ਪਿੰਡ ਕੋਟਲੀ ਸੂਰਤਮੱਲੀ ਆ, ਔਰ ਇਹਦੇ ਉੱਤੇ ਚਾਰ ਕੇਸਿਸ ਨੇ ਅਤੇ ਇਹ ਇਸ ਵੇਲੇ ਮੈਕਸੀਮਮ ਜਿਹੜੀ ਨਾਭਾ ਜੇਲ੍ਹ ਆ ਉਹਦੇ 'ਚ ਬੰਦ ਆ। ਇਹਦਾ ਮਤਲਬ ਮੇਰੇ ਏਰੀਏ ਦਾ ਬੰਦਾ ਖਲੋਤਾ ਇਹਦੇ ਨਾਲ ਇੱਕ ਨੰਬਰ 'ਤੇ, ਅਤੇ ਕਹਿ ਰਿਹਾ ਕਿ ਸੁਖਜਿੰਦਰ ਸਿੰਘ ਰੰਧਾਵੇ ਦੇ ਬੰਦੇ ਜਿਹੜੇ ਗੈਂਗਸਟਰ ਨੇ। ਨੰਬਰ 2 'ਤੇ ਉਹ ਪਰਮਜੀਤ ਸਿੰਘ ਪੰਮਾ, ਨੰਬਰ 3 'ਤੇ ਆ ਵਿਕਰਮਜੀਠੀਆ ਲੋਕਾਂ ਦੇ ਵਿੱਚ ਖੜਾ ਪਰ ਇਹਦੇ ਨਾਲ, 3 ਨੰਬਰ 'ਤੇ ਇੱਕ ਦਲਬਾਗ ਸਿੰਘ ਏਲੀਅਸ ਲੰਮਾ ਪੱਟੀ ਵਾਲਾ, ਇਹਦੀ ਇਸ ਬੰਦੇ ਦੀ ਗੈਂਗਵਾਰ 'ਚ ਬਾਅਦ 'ਚ ਮੌਤ ਹੋਈ ਆ, ਔਰ ਇਹਨੂੰ ਪਿੱਛੂ ਗੈਂਗ ਕਿਹਾ ਜਾਂਦਾ ਸੀ, ਇਹਦਾ ਜਿਹੜਾ ਹੈੱਡ ਸੀਗਾ। ਇਹ ਜਿਹੜੀਆਂ ਫੋਟੋਗ੍ਰਾਫਸ ਨੇ ਬਾਕੀ ਨਾਵਾਂ ਦੇ ਵਿੱਚੋਂ ਜਦੋਂ ਇਹਨਾਂ ਨੂੰ ਲੱਭਾਂਗੇ ਕਿ ਇਹਦਾ ਮਤਲਬ ਜਿਹੜੇ ਬਾਕੀ ਵੀ ਨਾਂ ਲਿਖੇ ਨੇ ਅਤੇ ਉਹਨਾਂ ਦਾ, ਇਹ ਮੈਂ ਪੁੱਛਣਾ ਚਾਹੁੰਦਾ ਕਿ ਇਹ ਜਿਹੜੇ ਬੰਦੇ ਨੇ ਇਹਨਾਂ ਦੇ ਕੇਸਿਸ ਤੁਹਾਨੂੰ, ਇਹਨਾਂ ਦੀਆਂ ਸਾਰੀਆਂ ਮੈਂ ਕਾਪੀਆਂ ਬਾਅਦ 'ਚ ਦੇ ਦੇਣੀਆਂ, ਉਹਨਾਂ ਦਾ ਤੁਸੀਂ ਵੈਰੀਫਾਈ ਕਰੋ, ਔਰ ਵਿਕਰਮਜੀਤ ਸਿੰਘ ਨੂੰ ਪੁੱਛਿਓ ਕਿ ਤੇਰੀਆਂ ਫੋਟੋਆਂ ਜਿਹੜੇ ਗੈਂਗਸਟਰ ਤਕੜੇ ਨਾਮੀ ਗੈਂਗਸਟਰ ਨੇ ਉਹਨਾਂ ਦੇ ਨਾਲ ਤੇਰੀਆਂ ਫੋਟੋਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਈ ਫੋਟੋ ਹੈ ਨਹੀਂ। ਇਹ ਜਿਹੜੀਆਂ ਇੱਦਾਂ ਲੋਕਾਂ ਦੇ ਉੱਤੇ ਗੱਲਾਂ ਕਰਕੇ ਦੂਸਰਿਆਂ ਦੇ ਉੱਤੇ ਝੂਠੇ ਐਲੀਗੇਸ਼ਨ ਲਾਉਣੇ ਅਤੇ ਉਹਨਾਂ ਨੂੰ ਲੈ ਕੇ ਚੱਲਣਾ, ਆਹ ਜਿਹੜੀ ਸਭ ਤੋਂ ਇੱਕ ਮੇਜਰ ਮੈਂ ਹੁਣ ਤੁਹਾਨੂੰ ਦਿਖਾਉਣ ਲੱਗਾ ਫੋਟੋ, ਇਹਨੂੰ ਇਹ ਸੋਨੂੰ ਕੰਗਲਾ ਕਹਿੰਦੇ ਨੇ, ਗੈਂਗਸਟਰ ਆ, ਅਤੇ ਇਹਦੀ ਇਹਦੇ ਦਲਬਾਗ ਸਿੰਘ ਲੰਮੇ ਦੀ ਆ। ਇਹ ਤੁਹਾਨੂੰ ਮੈਂ ਬਾਅਦ 'ਚ ਦੇ ਦਾਂਗਾ ਸਾਰਿਆਂ ਨੂੰ ਕਾਪੀਆਂ ਕਿ ਇਹਦੇ 'ਤੇ ਕਿਹੜੇ ਕਿਹੜੇ ਕੇਸ ਨੇ, ਜਿਹੜਾ ਜਿਹਦੇ ਨਾਲ ਉਹਦੀ ਫੋਟੋ ਵੀ ਦਾਂਗਾ, ਜਿਹੜਾ ਉਹਦੀ ਬਾਹਾਂ ਬੰਨ ਕੇ ਅਤੇ ਦੂਸਰੇ ਗੈਂਗਵਾਰ 'ਚ ਜਿਹੜਾ ਮਰਿਆ। ਆ ਸੋਨੂੰ ਕੰਗਲਾ ਗੈਂਗਸਟਰ ਆ, ਕੰਗਲਾ ਤਾਂ ਗੈਂਗਸਟਰ ਬਣਨ ਤੋਂ ਪਹਿਲਾਂ ਕੰਗਲਾ ਹੋਣਾ, ਬਾਅਦ 'ਚ ਤਾਂ ਰਈਸ ਹੋ ਗਿਆ ਹੋਣਾ। ਇਹ ਫੋਟੋ ਆ ਜੀ, ਇਹਦੇ ਉੱਤੇ 34 ਕੇਸ ਰਜਿਸਟਰਡ ਨੇ ਅਤੇ ਅੱਜ ਵੀ ਇਹ ਜੇਲ੍ਹ ਦੇ ਵਿੱਚ ਬੰਦ ਆ। ਅਤੇ 2014 'ਚ ਜਿਹੜੀ ਜੇਟਲੀ ਸਾਹਿਬ ਦੀ ਇਲੈਕਸ਼ਨ ਸੀ, ਉਹਦੀ ਮਾਤਾ ਨੂੰ ਤਾਂ ਇਹਨਾਂ ਨੇ ਅਕਾਲੀ ਦਲ ਜੁਆਇਨ ਕਰਾਇਆ,
ਆਹ ਸੁਖਬੀਰ ਸਿੰਘ ਬਾਦਲ ਖੜ੍ਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜੀਡੈਂਟ, ਇਹ ਦੇਸ਼ ਭਗਤ ਜਿਹੜੇ ਨੇ ਬਿਕਰਮਜੀਤ ਸਿੰਘ ਮਜੀਠੀਆ, ਉਹ ਖੜ੍ਹੇ ਨੇ ਕਿ ਜਿਨ੍ਹਾਂ ਨੂੰ ਹਰ ਬੰਦਾ ਹੀ ਗਲਤ ਦੇਖਦਾ, ਅਤੇ ਉਹ ਆਪ ਖੜ੍ਹੇ ਨੇ। ਅਤੇ ਆਹ ਜਿਹੜੀ ਲਿਸਟ 34 ਕੇਸਾਂ ਦੀ, ਇਹਦੀ ਤੁਹਾਨੂੰ ਦੇ ਦਾਂਗੇ, ਇਹਦਾ ਵੀ ਪਤਾ ਕਰ ਲੈਣ ਕਿ ਇਹ ਕੌਣ ਆ ਅਤੇ ਕੀ ਇਹਨਾਂ ਦਾ ਪਿਛੋਕੜ ਕੀ ਆ। ਦੂਸਰੀ ਚੀਜ਼, ਦੇਖੋ ਮਤਲਬ ਕਿ ਮੇਰੀ ਵੀਡੀਓ ਪਾਉਣੀ ਤੇ ਫਿਰ ਕਹਿਣਾ ਸਰਕਲ ਵਧਣਾ ਹੀ ਹੈ, ਤੇ ਫਿਰ ਮਿਹਰਬਾਨੀ ਕੀਤੀ ਜੇਲ੍ਹ ਮਿਨਿਸਟਰ ਸਾਹਿਬ ਦੀ, ਨਹੀਂ ਤਾਂ ਐਡੀ ਦਲੇਰੀ ਐਡੀ। ਔਰ ਉੱਤੋਂ ਵੇਖੋ ਆਹ ਅਗਲੇ ਪੇਜ ਵੇਖੋ, ਮੈਂ ਤੁਹਾਨੂੰ ਸਾਰੀ ਕਾਪੀ ਦੇਣ ਲੱਗਿਆ ਮੇਰੀ ਵੀਡੀਓ। ਆਹ ਵਿੱਚ ਬੈਠਿਆ ਆਹ ਗੈਂਗਸਟਰਾਂ ਨਾਲ ਬਹਿ ਕੇ ਐਨ ਉੱਥੇ ਇਹ ਕੰਮ ਕਰਾ ਰਿਹਾ, ਤੇ ਮੈਨੂੰ ਤਾਂ ਇਹ ਲੱਗਦਾ ਹੈ ਕੱਲ ਸੁੱਖੀ ਰੰਧਾਵਾ ਜੀ ਨੂੰ ਮੈਂ ਵੇਖਿਆ ਸੀ, ਪਹਿਲਾਂ ਤਾਂ ਆਪ ਹੀ ਇਕੱਲਾ ਹੀ ਤੁਰਿਆ ਫਿਰਦਾ ਸੀ, ਕੱਲ੍ਹ ਇੱਕ ਪਾਸਿਓ ਜਾਖੜ ਨੇ ਫੜਿਆ, ਇੱਕ ਪਾਸਿਓ ਜੀਰੇ ਨੇ ਫੜਿਆ। ਇਹ ਮੈਨੂੰ ਲੱਗਦਾ ਇਹਨੂੰ ਵੀ ਫੋਨ ਕੀਤਾ ਹੋਣਾ ਕਿ ਤੂੰ ਵੀ ਲੱਤਾਂ ਫੜ ਕੇ ਰੱਖੀ, ਨਹੀਂ ਤਾਂ ਮੇਰੇ ਤੋਂ ਗੱਲ ਨਹੀਂ ਹੋਣੀ। ਔਰ ਸ਼ਾਮ ਨੂੰ ਇਹਨੇ ਕੰਮ ਚੱਕਤਾ, ਦਿਨੇ ਉਹ ਬੋਲਿਆ ਸ਼ਾਮ ਨੂੰ ਇਹ ਬੋਲਿਆ, ਅਗਲੀ ਗੱਲ ਵੇਖ ਲਓ। ਫਿਰ ਮੈਨੂੰ ਅਗਲੀ ਆਹ ਮੈਂ ਦੇ ਕੇ ਆਇਆ, ਔਰ ਡੀ ਜੀ ਪੀ ਸਾਹਿਬ ਵੀ ਹੈਰਾਨ ਪਰੇਸ਼ਾਨ ਹੋ ਗਏ, ਗੱਲ ਉਹਨਾਂ ਨੂੰ ਵੀ ਨਹੀਂ ਕੋਈ ਆਉਂਦੀ ਸੀ, ਮਗਰ ਡੀ ਜੀ ਪੀ ਸਾਹਿਬ ਨੇ ਉਹਨਾਂ ਨੇ ਤਾਂ ਹੁਣ ਕੰਮ ਇਹੀ ਕਹਿਣਾ ਕਿ ਨਹੀਂ ਸਭ ਠੀਕ ਹੈ, ਆਲ ਇਜ਼ ਵੈਲ। ਉਹ ਥੋੜ੍ਹੀ ਕਹਿਣਗੇ ਕਿ ਨਹੀਂ ਐਡਾ ਕੰਮ ਖਰਾਬ ਹੋਇਆ ਪਿਆ, ਕਿ ਜੇ ਐੱਮ ਐੱਲ ਏ ਦੇ ਨਾਲ ਸਾਡੇ ਵਰਗੇ ਨਾਲ ਇਹ ਕੁਛ ਹੋ ਸਕਦਾ, ਅਤੇ ਇਹ ਤੋਂ ਵੱਡਾ ਗੈਂਗਸਟਰ ਮਿਨਿਸਟਰ ਨੈਕਸਟ ਮੈਂ ਕਿਹੜਾ ਐਕਸਪੋਜ਼ ਕਰਾਂ। ਹੁਣ ਮੇਰੀ ਦੂਜੀ ਵੀਡੀਓ ਲਾਈ, ਮੈਂ ਲੱਗਦਾ ਉਸ ਦਿਨ ਤੁਸੀਂ ਆਏ ਹੋਣੇ, ਇੱਕ ਦਿਨ ਮੈਂ ਨਾਭੀ ਪੱਗ ਬੰਨੀ ਸੀ, ਇੱਕ ਦਿਨ ਆਹੀ ਪੱਗ ਬੰਨੀ ਸੀ, ਆਹ ਤੂੰ ਮੈਨੂੰ ਲੱਗਦਾ ਤੁਸੀਂ ਸੀਗੇ ਉੱਥੇ, ਹਾਂ ਸੰਡੇ ਵਾਲੀ ਗੱਲ। ਫੇਸਬੁੱਕ ਦੀ ਪੋਸਟ ਹੈ, ਅੱਗੇ ਵੇਖੋ ਕੀ ਕਹਿੰਦਾ, ਜੱਗੂ ਭਗਵਾਨਪੁਰੀਆ ਗਰੁੱਪ ਕਰਨ ਮਸਤੀ ਨੂੰ ਕਹਿੰਦੇ ਰੈਸਟ ਇਨ ਪੀਸ, ਐਵੇਂ ਲੋਕਾਂ 'ਚ ਸਾਡਾ ਖੌਫ ਬੱਲੀਏ। ਮੇਰੀ ਵੀਡੀਓ ਥੱਲੇ ਲਾ ਕੇ ਕਹਿੰਦਾ ਐਵੇਂ ਲੋਕਾਂ 'ਚ ਸਾਡਾ ਖੌਫ ਬੱਲੀਏ, ਜੱਗੂ ਜੱਟ ਨੇ ਇਹਦਾ ਦੇ ਕੁਛ ਕੰਮ ਕੀਤੇ ਆ, ਕਹਿੰਦਾ ਫੜ ਲਓ ਪੂੰਛ, ਮੈਂ ਤਾਂ ਐਵੇਂ ਇਹੋ ਜਿਹੇ ਬੜੇ ਕੰਮ ਕੀਤੇ ਆ, ਅਤੇ ਜਿਹਨੂੰ ਕਹਿਣਾ ਐਵੇਂ ਸਾਡੇ ਨਾਂ ਤੋਂ ਘਬਰਾਈ ਜਾਂਦੇ। ਇਹ ਕਿੱਥੇ ਮਿਨਿਸਟਰ ਦੀ ਸਰਪ੍ਰਸਤੀ ਹੇਠ ਹੋ ਸਕਦਾ? ਔਰ ਮੈਂ ਮੰਤਰੀ ਨੂੰ ਯਾਦ ਦਵਾ ਦਿਆਂ, 2015 ਦੀ ਫੋਟੋ ਕੱਢ ਲਈ, ਕੰਨੋਂ ਫੜ ਕੇ ਤੇਰਾ ਜੱਗੂ ਭਗਵਾਨਪੁਰੀ ਅੰਦਰ ਦਿੱਤਾ ਸੀ, ਉਹ ਦਿਨ ਦੂਰ ਨਹੀਂ ਜਦੋਂ ਨਾਲ ਤੇਰੀ ਫੋਟੋ ਵੀ ਫਿਰ ਲੱਗੂ ਜਿਹੇ ਜਿਹੇ ਕੰਮ ਕੀ। ਬੰਦੇ ਬਣ ਜਾਓ, ਅੱਜ ਸਾਰੇ ਪੰਜਾਬ 'ਚ ਕੋਈ ਡਾਕਟਰ ਹੋਵੇ, ਕੋਈ ਇੰਡਸਟਰੀਅਲਿਸਟ ਹੋਵੇ, ਕੋਈ ਬਿਜ਼ਨਸਮੈਨ, ਉਹਦੇ 'ਚ ਹਿੰਮਤ ਹੈ ਕਿ ਉਹ ਜਦੋਂ ਮੰਤਰੀ ਨੂੰ ਐਕਸ ਮਿਨਿਸਟਰਾਂ ਦਾ ਇਹ ਹਾਲ ਕਰ ਰਹੇ ਐੱਮ ਐੱਲ ਏ ਦਾ, ਅਤੇ ਕੀ ਉਹ ਸਮਝਦੇ ਪੁਲਿਸ ਕੋਲ ਜਾਊ ਕਦੇ? ਕਦੇ ਉਜਾਗਰ ਕਰੂ, ਸਭ ਦੀ ਜ਼ਬਾਨ ਬੰਦ ਕਰਾ ਦਿੰਦੇ। ਔਰ ਅੱਗੇ ਵੇਖੋ ਅਗਲੀ ਪੋਸਟ ਮੈਨੂੰ ਚੜ੍ਹਾਉਂਦੇ ਆ, ਜਿਹ 'ਚ ਕਲੀਅਰ ਥਰੈਟ ਦਿੰਦੇ ਆ, ਇਹ ਬੁਰੀ ਫਤਿਹਗੜ੍ਹ ਚੂੜੀਆਂ, ਕਹਿੰਦਾ ਕੋਈ ਚੱਕਰ ਨਹੀਂ, ਟਾਈਮ ਦੀ ਗੱਲ ਹੈ, ਅੱਜ ਸਾਡੇ ਵੀਰ ਦਾ ਨਾਂ ਬਦਨਾਮ ਕਰ ਰਿਹਾ ਹੈ, ਟਾਈਮ ਆਊ ਤਾਂ ਜ਼ਰੂਰ ਦੱਸਾਂਗੇ। ਕੀ ਦੱਸਣਾ ਉਹ, ਤੁਸੀਂ ਭੁੱਲ ਗਏ ਉਹ ਦਿਨ ਕਿਵੇਂ ਕੰਨ ਤੋਂ ਫੜ ਕੇ ਅੰਦਰ ਦਿੱਤੇ ਸੀ, ਚੀਕਾਂ ਮਾਰਦਾ ਸੀ? ਔਰ ਮੈਂ ਇਹ ਦੱਸਦਾ, ਜਿਹਦੇ ਸਿਰ 'ਤੇ ਮਾਰਦੇ ਹੋ ਨਾ ਡੀਂਗਾਂ ਅੰਦਰ ਬਹਿ ਕੇ ਜੇਲ੍ਹ 'ਚੋਂ, ਦਿਨ ਪੁੱਠੀ ਗਿਣਤੀ ਉਹਦੀ ਵੀ ਸ਼ੁਰੂ ਹੋ ਗਈ ਹੈ ਜਿਹੜਾ ਰੱਬ ਨੂੰ ਭੁੱਲੀ ਬੈਠੇ। ਜਿਹੜਾ ਅੱਜ ਹਿਊਮਨ ਰਾਈਟਸ ਦੇ ਵਾਇਲੇਸ਼ਨ, ਲੋਕਾਂ ਦੇ ਕਤਲ ਹੋ ਰਹੇ ਆ, ਔਰ ਇਸ ਤਰੀਕੇ ਦੀ ਬਦਮਾਸ਼ੀ ਚੱਲ ਰਹੀ ਹੈ ਕਿ ਕੋਈ ਡਰਦਾ ਮਾਰਾ ਅੱਜ ਸਹਿਬੇ ਨਸੀਬ ਬੰਦਾ ਪੁਲਿਸ ਨੂੰ ਜਾ ਕੇ ਦੱਸ ਕੇ ਰਾਜ਼ੀ ਨਹੀਂ, ਕਿਉਂਕਿ ਉਹਨੂੰ ਪਤਾ ਕਿ ਸਾਡੀ ਸੁਣਵਾਈ ਕੋਈ ਨਹੀਂ ਹੋਣੀ ਹੈ। ਪੋਲੀਟੀਸ਼ੀਅਨ ਮਿਨਿਸਟਰ
ਗੈਂਗਸਟਰ ਨੈਕਸਸ ਐਡਾ ਹਾਵੀ ਹੋ ਗਿਆ। ਔਰ ਵੱਡੀ ਗੱਲ ਵੇਖੋ, ਇਹ ਤਾਂ ਮੈਂ ਸਾਨੂੰ ਸ਼ਾਇਦ ਆਖੀਰਲਾ ਜਿਹੜਾ ਕਹਿੰਦੇ ਤੇਰੇ ਸ਼ਹਿਰ ਕੇ ਅੰਦਰ ਹਮਾਰੇ ਚਰਚੇ ਵੀ ਹੋਣਗੇ, ਥੋੜ੍ਹਾ ਇੰਤਜ਼ਾਰ ਤੋ ਕਰੋ, ਲੌਟ ਕਰ ਫਿਰ ਆਏਗੇ, ਉਸੀ ਅੰਦਾਜ਼ ਮੇਂ ਆਏਗੇ। ਅੱਗੇ ਕਹਿੰਦੇ ਜੱਗੂ ਭਗਵਾਨਪੁਰੀਆ ਗਰੁੱਪ ਜਿੰਦਾਬਾਦ, ਦੱਬੀ ਰੱਖੋ ਕੰਮ ਮੇਰੇ ਵੀਰੋ। ਆਹ ਤਾਂ ਬਦਮਾਸ਼ੀ ਚੱਲ ਰਹੀ। ਤੁਸੀਂ ਕਾਹਦੀ ਲਾਅ ਐਂਡ ਆਰਡਰ, ਕਿਹੜੇ ਹਾਲਾਤਾਂ ਦੀ ਆਪਾਂ ਗੱਲ ਕਰਦੇ ਹਾਂ? ਮੈਂ ਅੱਜ ਸਾਰਾ ਇੱਕ ਵੱਡਾ ਚਿੱਠਾ, ਉਹ ਕਿੱਥੇ ਕਾਗਜ਼ ਹੈ, ਮੈਂ ਇੱਕ ਵੱਡਾ ਚਿੱਠਾ ਅੱਜ ਦੇ ਕੇ ਆਇਆ ਸਾਰੇ ਨੈਕਸਸ ਦਾ, ਇੱਕ ਬੰਦਾ ਨਹੀਂ ਹੈ, ਆਹ ਐਡੀ ਕਿਤਾਬ ਦੇ ਕੇ ਆਇਆ ਅੱਜ ਮੈਂ। ਆਹ ਸਾਰੇ ਸਾਡੇ MLA ਸਾਹਿਬਾਨਾਂ ਨੇ ਬੜੇ ਵਿਸਥਾਰਪੂਰਵਕ ਤਰੀਕੇ ਨਾਲ, ਜਿਹਦੇ 'ਚ SSP ਬਟਾਲਾ, ਉਹਦੇ ਉਹਨਾਂ ਦਾ ਕੰਮ ਵੇਖ ਲਓ, ਬੰਦੇ ਫੜੇ ਨਹੀਂ ਗਏ। ਤੁਸੀਂ ਪਰਿਵਾਰ ਨੂੰ ਮਿਲ ਕੇ ਰਾਜ਼ੀ ਨਹੀਂ, ਜਿਹੜੇ ਬੱਚੇ ਅਨਾਥ ਹੋ ਗਏ, ਫੈਸਲਾ ਪਹਿਲਾਂ ਹੀ ਸੁਣਾ ਤਾ ਬਗੈਰ ਇਨਵੈਸਟੀਗੇਸ਼ਨ ਦੇ, ਇਹ ਕਦੇ ਹੋਇਆ? ਤੁਸੀਂ ਇਨਵੈਸਟੀਗੇਟ ਤਾਂ ਕਰੋ, ਜਿਹੜਾ ਮਦਈ ਹੈ, ਜਿਹੜਾ ਕੰਪਲੇਨੈਂਟ ਹੈ, ਜਿਹੜਾ ਅਕਿਊਜ਼ ਹੈ, ਬਗੈਰ ਉਹਦੀ ਇਨਵੈਸਟੀਗੇਸ਼ਨ ਤੁਸੀਂ ਕਿਹੜੇ ਸਿੱਟੇ 'ਤੇ ਪਹੁੰਚ ਗਏ? ਉਹਨੇ ਪਹਿਲਾਂ ਹੀ ਸੁਣਾ ਤਾ ਕਿ ਨਹੀਂ ਜੀ ਇਹ ਤਾਂ ਐਨਮਿਟੀ ਆ। ਫਿਰ ਅੱਗੇ ਵੇਖੋ, ਆਹ ਮੈਂ ਬੱਬੂ ਸੁੱਖਾ ਰਾਜੂ ਦੀ ਗੱਲ ਇੱਕ ਦੱਸ ਕੇ ਆਏ, ਅਖਬਾਰ ਨੇ ਕਿਹਾ ਕਿ ਸਾਰਾ ਪੈਸਾ ਇਹ ਪ੍ਰੋਪਰਟੀ 'ਚ ਅਤੇ ਕਬੱਡੀ ਦੀ ਦੁਨੀਆ 'ਚ, ਜਿਵੇਂ IPL ਚੱਲ ਰਿਹਾ ਅੱਜ, 1000 ਕਰੋੜ ਦਾ ਕਹਿੰਦੇ ਕਬੱਡੀ ਦਾ ਕੰਮ ਚੱਲ ਪਿਆ, ਚਲਾ ਕੌਣ ਰਿਹਾ, ਖਿਲਾੜੀ ਕੌਣ ਨੇ ਇਹਦੇ? ਸੁੱਖੀ ਰੰਧਾਵਾ ਮਿਨਿਸਟਰ, ਜੱਗੂ ਭਗਵਾਨਪੁਰੀਆ ਇੱਕੋ ਹਲਕੇ ਨਾਲ ਸੰਬੰਧਿਤ ਨੇ, ਕੋਟਲੀ ਸੂਰਤ ਮੱਲੀਆਂ ਥਾਣੇ ਨਾਲ ਸੰਬੰਧਿਤ ਨੇ। ਸੁੱਖੀ ਰੰਧਾਵਾ, ਜੱਗੂ ਭਗਵਾਨਪੁਰੀਆ, ਉਹਦੀ ਮਾਤਾ, ਸਾਰੇ ਪਿੰਡ 'ਚ ਕੋਈ ਹੋਰ ਇਹਨਾਂ ਨੂੰ ਕਾਂਗਰਸ ਪਾਰਟੀ ਨੂੰ ਇਮਾਨਦਾਰ ਜਾਂ ਹਿੰਮਤ ਵਾਲਾ ਬੰਦਾ ਨਹੀਂ ਮਿਲਿਆ। ਇਹਨਾਂ ਨੇ ਹਰਜੀਤ ਕੌਰ ਨੂੰ ਧੱਕੇ ਨਾਲ ਬਗੈਰ ਇਲੈਕਸ਼ਨ ਤੋਂ ਪਹਿਲਾਂ ਮੈਂਬਰ ਪੰਚਾਇਤ ਬਣਾਇਆ ਅਤੇ ਅੱਜ ਸਰਪੰਚ ਦਾ ਉੱਥੇ ਚਾਰ ਦਿੱਤਾ। ਉਹ ਮੰਨੂ ਭਗਵਾਨਪੁਰੀਆ, ਇੱਕ ਮੈਂ ਦੋ ਗੱਲਾਂ ਸ਼ੁਰੂ 'ਚ ਕੀਤੀਆਂ ਜਿਹੜੀ ਵਿੱਚ ਰਹਿ ਗਈ, ਮੈਂ ਕਿਹਾ ਜਾਂ ਥਰੈਟ ਆਉਣਗੇ ਅਤੇ ਜਾਂ ਪੋਸਟਾਂ ਡਿਲੀਟ ਹੋਣਗੀਆਂ। ਮੰਨੂ ਭਗਵਾਨਪੁਰੀਏ ਦਾ ਪੇਜ ਡਿਲੀਟ ਹੋ ਗਿਆ, ਉਹ ਵੀ ਮੈਂ ਦੱਸ ਕੇ ਆਇਆ। ਔਰ ਜੱਗੂ, ਮੰਨੂ, ਹਰਜੀਤ ਕੌਰ ਉਹਦੀ ਮਾਤਾ, ਸੁੱਖੀ ਰੰਧਾਵਾ ਅਤੇ ਨੈਕਸਸ ਫੈਲ ਰਿਹਾ। ਦੂਜੇ ਪਾਸੇ ਇਹ ਸੁੱਖਾ ਰਾਜੂ ਦੇ ਜਿਹੜੇ ਮੈਂ ਉਦਣ ਦਿੱਤੇ ਸੀ, ਬਲੋਕ ਸੰਮਤੀ ਮੈਂਬਰ ਹੈ ਬੱਬੂ, ਆਹ ਬੈਠਿਆ, ਆਹ ਬਲੋਕ ਸੰਮਤੀ, ਆਹ ਕਵਲ ਹੈ, ਕਵਲ ਅਤੇ ਮਨਜੋਤ ਆ ਨਾਲ, ਆਹ ਬੈਠੇ ਆ, ਆਹ ਬੈਠੇ, ਆਹ ਉਹਦਾ ਆ ਰਿਹਾ, ਆਹ ਬੱਬੂ ਸੁੱਖਾ ਰਾਜੂ ਜਿਹਨੂੰ ਬਲੋਕ ਸੰਮਤੀ ਦੀ ਟਿਕਟ ਦਿੱਤੀ ਹੈ, ਇਹ ਉਹਦਾ ਭਤੀਜਾ ਕਵਲ, ਜਿਹਦੀ ਹਰ ਉਹ ਵੀਡੀਓ ਜਿਹੜੀ ਮੈਂ ਉਦਣ ਦਿੱਤੀ, ਨਹੀਂ ਤਾਂ ਹੁਣ ਫੇਰ ਸੁਣਾ ਦਿੰਦੇ ਹੋ, ਮਾੜੀ ਜੀ ਸੁਣਾ ਦੇ, ਜਿਹ 'ਚ ਇੱਕ ਇੱਕ ਕਬੱਡੀ ਦੀ ਰੇਟ 'ਤੇ $100 ਤੁਹਾਨੂੰ ਸੁਣਨ ਦੀ ਲੋੜ ਆ ਕਿ ਹੈਗੀ ਤੁਹਾਡੇ ਕੋਲ? ਆ ਗਈ ਹੈਗੀ ਹੈ $100 ਇੱਕ ਰੇਟ ਦਾ, ਮਤਲਬ ਕਿ ਇੱਕ ਕਬੱਡੀ ਕੱਪ 'ਚ, ਔਰ ਉਹ 'ਚ ਵਿਨਿੰਗ ਇਨਾਮ $5,000 ਲੈ ਦੇ ਕੇ 20-20 ਲੱਖ ਇੱਕ ਮੈਚ 'ਚ ਖੇਡਦੇ, ਔਰ ਸ਼ਰੇਆਮ ਕਹਿੰਦੇ ਕਿ ਇਹ ਰੇਟ ਲੱਗਣ ਲੱਗੀ ਆ ਸੁੱਖਾ ਰਾਜੂ ਮਨਜੋਤ ਕਮਲ ਦਾ ਨਾਂ ਲੈ ਕੇ ਨਾਲ ਜੱਗੂ ਭਗਵਾਨਪੁਰੀਆ। ਫਿਰ ਕਲੱਬ ਬਣਾਇਆ, ਉਹ ਕਲੱਬ 'ਚ ਕੋਈ ਤਗੜਾ ਖਿਡਾਰੀ ਹੋਰ ਕਿੱਥੇ ਖੇਡ ਨਹੀਂ ਸਕਦਾ। ਮੈਂ ਸਾਰੀ ਚੀਜ਼ਾਂ ਦੇ ਕੇ ਆਇਆ ਕਿ ਐਡਾ ਵੱਡਾ ਨੈਕਸਸ ਚੱਲ ਰਿਹਾ, MLAਆਂ ਨੂੰ ਇਹਨਾਂ ਨੇ ਥਰੈਟ ਕਰਨਾ ਸ਼ੁਰੂ ਕਰਤਾ, ਔਰ ਤੇ ਕਹਿ ਰਿਹਾ DGP ਸਾਹਿਬ ਥੋੜ੍ਹੇ ਘਬਰਾਏ ਤਾਂ ਹੈ, ਮਗਰ ਉਹਨਾਂ ਨੇ ਤਾਂ ਫਿਰ ਇਹੀ ਕਹਿਣਾ, ਨਹੀਂ ਤਾਂ ਗੱਲ DGP 'ਤੇ ਆਉਣੀ ਹੈ ਅਖੀਰ 'ਚ। ਇਸ ਲਈ ਅਸੀਂ ਅੱਜ ਹੀ ਡਿਮਾਂਡ ਕਰਦੇ ਹਾਂ ਇਮੀਜੀਏਟ ਡਿਸਮਿਸਲ ਰਜਿਸਟਰੇਸ਼ਨ ਆਫ ਕੇਸ ਸੁੱਖੀ ਰੰਧਾਵੇ ਦੇ ਖਿਲਾਫ, ਫਿਰ ਹੀ ਸੱਚ ਸਾਹਮਣੇ ਨਿਕਲੂ, ਨਹੀਂ ਤਾਂ ਸਾਰਾ ਹੀ ਮਾਮਲਾ ਅੱਜ ਖੁਰਤ ਪੁਰਤ ਕਰਤਾ ਜਾਊਗਾ। ਮੇਰੀ ਵੀਡੀਓ ਤਾਜ਼ੀ ਚੜਾ ਕੇ
ਮੈਨੂੰ ਥ੍ਰੈਟ ਦੇਣਾ ਔਰ ਇਹ ਸਮਝਣਾ ਕਿ ਸਾਨੂੰ ਇਸ ਤਰ੍ਹਾਂ ਚੁੱਪ ਕਰਾ ਲੈਣਗੇ, ਚੁੱਪ ਨਹੀਂ, ਹੁਣ ਤਾਂ ਹੋਰ ਬੋਲਾਂਗੇ, ਹੋਰ ਪੋਲ ਖੋਲਾਂਗੇ ਲੋਕਾਂ ਦੀ ਲੜਾਈ, ਕਿ ਜਿਹੜਾ ਸਧਾਰਨ ਬੰਦਾ ਜਿਹੜਾ ਰੌਲਾ ਨਹੀਂ ਪਾ ਸਕਦਾ ਉਹਦੀ ਆਵਾਜ਼ ਬਣ ਕੇ ਅਸੀਂ ਸਾਰੇ ਬੋਲਾਂਗੇ ਔਰ ਸੱਚਾਈ ਸਭ ਦੇ ਸਾਹਮਣੇ ਲਿਆਵਾਂਗੇ ਔਰ ਇਹਨਾਂ ਦੇ ਖਿਲਾਫ ਐਕਸ਼ਨ ਕਰਕੇ ਰਵਾਂਗੇ। ਔਰ ਮੈਂ ਇਹ ਵੀ ਬੇਨਤੀ ਕੀਤੀ ਹੈ ਕਿ ਸੁੱਖੀ ਰੰਧਾਵੇ ਦੀ ਸਾਰੀਆਂ ਕਾਲ ਰਿਕਾਰਡਾਂ, ਉਹਦੇ PA ਦੀਆਂ, ਉਹਦੇ ਗਨਮੈਨਾਂ ਦੀਆਂ ਸਾਰੀਆਂ ਕਰ ਲਿਓ, ਨਹੀਂ ਤਾਂ ਸਾਰਾ ਕੰਮ ਇਹਨਾਂ ਨੇ ਖੁਰਤ ਫੁਰਤ ਕਰ ਦੇਣਾ, ਇਹ ਦਿਨ 2-4 ਹੀ ਨੇ, ਨਹੀਂ ਤਾਂ ਕੰਮ ਮੁੱਕ ਜਾਣਾ ਸਾਰਾ। ਆਹ ਤਲਵੀਰ ਸਿੰਘ ਇਹਦਾ PA, ਸਾਰੀ ਦੁਨੀਆ ਨੂੰ ਪਤਾ ਕਿ ਤਲਵੀਰ ਕੌਣ ਹੈ, ਜਿਹੜਾ ਨੰਬਰ ਤੂੰ ਤਾਂ ਨਹੀਂ ਮੈਂ ਕਹਿ ਸਕਦਾ ਨੰਬਰ 1 ਕਹਾਂਗਾ ਕਿ ਗੈਂਗਸਟਰਾਂ ਨੂੰ ਜਿਹਨੇ ਪੈਦਾ ਕੀਤਾ ਪੰਜਾਬ ਦੇ ਵਿੱਚ ਅਤੇ ਮਾਝੇ ਦੇ ਵਿੱਚ, ਤਲਵੀਰ ਸਿੰਘ ਇਹਦਾ PA, ਇਹਦੇ ਨਾਲ ਜਿਹੜੇ ਬੰਦੇ ਖੜ੍ਹੇ ਨੇ ਉਹੋ ਹੀ ਜਿਹੜਾ ਲੰਮਾ ਕੰਗਲਾ ਨਹੀਂ ਉਹ ਦੂਸਰਾ ਪੰਮਾ, ਇਹ ਸਾਰੇ ਹੀ ਗੈਂਗਸਟਰ ਇਹਦੇ ਨਾਲ ਖੜ੍ਹੇ ਨੇ। ਔਰ ਕਿੱਥੇ ਖੜ੍ਹੇ ਨੇ, ਜਿਸ ਦਿਨ ਇਹ ਯੂਥ ਅਕਾਲੀ ਦਲ ਦਾ ਪ੍ਰੈਜੀਡੈਂਟ ਬਿਕਰਮ ਜੀਤਿਆ ਬਣਿਆ ਅਤੇ ਉਹਨੂੰ ਰਿਸੀਵ ਕਰਨ ਲਈ ਇਹ ਉੱਥੇ ਰਸਤਿਆਂ ਦੇ ਵਿੱਚ ਹੀ ਖੜ੍ਹੇ ਨੇ। ਫਿਰ ਗੈਂਗਸਟਰਾਂ ਦਾ ਲੀਡਰ ਇਹ ਹੈ ਕਿ ਕੋਈ ਹੋਰ ਹੈ? ਆਹ ਦੇਖੋ ਜੀ, ਇਹ ਫੋਟੋ ਲਵਾਈ ਗਈ ਹੈ, ਕੋਈ ਪਬਲਿਕ ਦੇ ਵਿੱਚ ਨਹੀਂ। ਆਹ ਤਨਵੀਰ ਇਹਦਾ PA ਖੜ੍ਹਾ, ਨਾਲ ਲੰਮਾ ਪੱਟੀ ਖੜ੍ਹਾ ਜਿਹਨੂੰ ਬਿਸ਼ੂ ਗੈਂਗ ਕਹਿੰਦੇ ਸੀ, ਨਾਲ ਹੀ ਭਾਵੇਂ ਸੁਲਤਾਨ ਵਿੰਡ ਵਾਲਾ ਇਹ ਖੜ੍ਹਾ, ਅਤੇ ਇਹ ਪਤਾ ਨਹੀਂ ਇਹਦਾ ਵੀ ਪਤਾ ਕਰ ਲੈਂਦੇ ਕਿ ਜਿਹੜੇ ਨਾਲ ਖੜ੍ਹੇ ਨੇ ਇਹ ਕਿਹੜੇ ਨੇ। ਅਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ, ਅਗਲੇ ਪਾਸੇ ਪੰਮਾ ਫਿਰ ਟਿੱਕਾ ਜਿਹੜਾ ਅਕਾਲੀ ਦਲ ਦਾ ਪ੍ਰੈਜੀਡੈਂਟ ਅਤੇ ਤਲਵੀਰ, ਇਹ ਗੈਂਗਸਟਰਾਂ ਤੋਂ ਲੈ ਕੇ ਇਹ ਘੁੰਮਦੇ ਨੇ ਪਬਲਿਕ ਇਕੱਠੀ ਕਰਨ ਲਈ। ਇਹਨੇ ਵਿਕਰਮ ਮਜੀਠੀਏ ਨੇ ਗੈਂਗਸਟਰ ਜਿਹੜੇ ਲੈ ਕੇ, ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਵਿਕਰਮ ਮਜੀਠੀਏ, ਉਸ ਤੋਂ ਪਹਿਲਾਂ ਕਦੀ ਪੰਜਾਬ 'ਚ ਕੋਈ ਗੈਂਗਸਟਰ ਤੁਸੀਂ ਸੁਣਿਆ ਨਹੀਂ ਸੀ, ਨਾ ਹੀ ਕਦੀ ਇਹੋ ਜਿਹੀ ਕੋਈ ਚੀਜ਼ ਆਈ। ਟੈਰਿਸਟ ਤਾਂ ਸੁਣੇ ਸੀਗੇ ਅਤੇ ਗੈਂਗਸਟਰ ਕਦੀ ਪੰਜਾਬ 'ਚ ਨਹੀਂ ਸੁਣਿਆ। ਇਹਨਾਂ ਨੂੰ ਪੰਜਾਬ 'ਚ ਜੇ ਕਿਸੇ ਨੇ ਲਿਆਂਦਾ ਤਾਂ ਉਹ ਵਿਕਰਮ ਮਜੀਠੀਏ ਨੇ ਲਿਆਂਦਾ। ਇਹ ਮੈਂ ਤਾਂ ਬੋਲਿਆ ਕਿ ਇਹਨੂੰ 2-3 ਦਿਨ ਹੋ ਗਿਆ, ਕਿਉਂਕਿ ਕਈਆਂ ਨੂੰ ਮੂੰਹ ਦਾ ਕੀ ਜਲਾਬ ਹੋ ਜਾਂਦਾ ਕੀ ਹੈ ਇਹਨੂੰ, ਜੋ ਪ੍ਰੋਬਲਮ ਆ। ਅਤੇ ਬਾਦਲਾਂ ਨੇ ਇੱਕ ਭੌਂਕਣ ਲਈ ਲਿਆ ਕੇ ਰੱਖਿਆ, ਔਰ ਜਿਹਦੇ ਮਰਜ਼ੀ ਅਗੇਂਸਟ ਬੋਲੇ, ਹੁਣ ਜੇ ਵਿਰਸੇ ਬਲਟੋਏ ਵਰਗੇ ਕਿਤੇ ਗੱਲਾਂ ਕਰਨ ਕਿ ਜਿਹੜੇ ਅੱਤਵਾਦ ਦੇ ਵਿੱਚ, ਜਿਹੜੇ ਅੱਤਵਾਦ ਦੇ ਮੋਹਰੀ ਰਹੇ ਨੇ, ਜਿਨ੍ਹਾਂ ਨੇ ਕਤਲ ਕਰਕੇ ਬੇਦੀ ਨੂੰ ਅਤੇ ਉਹਦਾ ਸਿਰ ਜਿਹੜਾ ਸੀ ਗਲੀ 'ਚ ਲੈ ਕੇ ਉਹਦੀ ਗਰਦਨ ਲੈ ਕੇ ਗਲੀਆਂ 'ਚ ਫਿਰਦੇ ਰਹੇ, ਇਹੋ ਜਿਹੇ ਬੰਦੇ ਇਹਨਾਂ ਕੋਲ ਮੈਂ ਡਰਨ ਵਾਲਾ ਨਹੀਂ। ਔਰ ਇੱਕ ਮੈਂ ਵਿਕਰਮਜੀਤ ਇਹਨੂੰ ਵਿਕਰਮ ਨੂੰ ਕਹਿਣਾ ਚਾਹੁੰਦਾ ਕਿ ਤੇਰੇ ਪਿੱਛੇ ਉਨੀ ਦੇਰ ਰਹੂੰਗਾ ਜਿੰਨਾ ਦੇਰ ਤੈਨੂੰ ਮੈਂ ਜੇਲ੍ਹ 'ਚ ਨਹੀਂ ਭੇਜ ਦਿੰਦਾ, ਔਰ ਤੈਨੂੰ ਬਿਲਕੁਲ ਨਹੀਂ ਬਖਸ਼ੂੰਗਾ। ਔਰ ਮੈਂ ਨਾਲ ਇਹ ਵੀ ਪ੍ਰੈਸ ਦੇ ਰਹੀ ਕਹਿੰਦਾ ਕਿ ਇਹਨੂੰ ਚਾਹੀਦਾ ਕਿ ਦੋਨੋਂ ਹੀ ਜਾ ਕੇ ਚੀਫ ਜਸਟਿਸ ਜਿਹੜਾ ਪੰਜਾਬ ਪਿੰਡ ਹਰਿਆਣਾ ਹਾਈ ਕੋਰਟ ਦਾ, ਉਹਨੂੰ ਮੈਂ ਕਹਿੰਦਾ ਕਿ ਆਹ ਮੇਰੀ ਇਨਕੁਆਇਰੀ ਕਰਾਓ ਪਿੰਡ ਦੇ ਵਿੱਚ, ਅਤੇ ਇਹਦੀ ਜਿਹੜੀ ਗੈਂਗਸਟਰਾਂ ਦੇ ਨਾਲ ਅਤੇ ਈਡੀ ਦੇ ਨਾਲ ਜੋ ਇਹਨੇ ਘੱਬੇਬਾਜ਼ੀ ਕੀਤੀ ਆ, ਉਹਦੀ ਜਿਹੜੀ ਸਾਡੀ ਦੋਨਾਂ ਦੀ ਜਿਹੜੀ ਹਾਈ ਕੋਰਟ ਦਾ ਸਿਟਿੰਗ ਜੱਜ, ਕਿਉਂਕਿ ED ਦੀ ਮੈਂ ਕਹੂੰਗਾ, ਕਿਉਂਕਿ ED ਨੇ ਬਿਲਕੁਲ ਕੁਛ ਨਹੀਂ ਕਰਨਾ, CBI ਨੇ ਕੁਛ ਨਹੀਂ ਕਰਨਾ। ਜੇ ਪੀ ਚਿਦੰਬਰਮ ਨੂੰ ED ਅਰੈਸਟ ਕਰ ਸਕਦੀ ਆ ਤਾਂ ਕੀ ਗੱਲ ਵਿਕਰਮ ਮਜੀਠੀਏ 'ਤੇ 8-9 ਸਾਲ ਤੋਂ ਕੇਸ ਚੱਲ ਰਿਹਾ, ED ਨੇ ਅੱਜ ਤੱਕ ਵਿਕਰਮ ਮਜੀਠੀਏ ਕਿਉਂ ਨਹੀਂ ਬੁਲਾਇਆ? ਮੈਂ ਕਹੂੰਗਾ ਕਿ ਹਾਈਕੋਰਟ ਦਾ ਸਿਟਿੰਗ ਜੱਜ, ਉਹਨਾਂ ਨੂੰ ਦੋਨੇ ਚੱਲਾਂਗੇ, ਤੁਸੀਂ ਸਾਡੇ ਨਾਲ ਚੱਲਿਓ, ਇਹ ਮੇਰੇ ਨਾਲ ਚੱਲੇ, ਮੈਂ ਐਪਲੀਕੇਸ਼ਨ ਲਿਖਦਾ ਉਹਦੇ 'ਤੇ ਸਾਈਨ ਕਰੇ ਅਤੇ ਅਸੀਂ ਦੋਵੇਂ ਜਿਹੜੀ ਇਨਕੁਆਇਰੀ। ਦੇਖੋ, ਅਸੀਂ ਸਾਰੀ ਗੱਲਾਂ ਦੇ ਪੱਖ ਰੱਖ ਕੇ ਆਏ ਹਾਂ, ਇੱਕ ਪੱਖ ਰੱਖ ਕੇ ਆਏ ਹਾਂ ਦਲਬੀਰ ਦਾ, ਬੇਇਨਸਾਫੀ ਦਾ, ਉਹਦਾ ਕੋਲਡ ਬਲੱਡਡ ਮਰਡਰ,
15 ਗੋਲੀਆਂ ਮਾਰਨੀਆਂ, ਲੱਤਾਂ ਵੜ ਦੇਣੀਆਂ, ਧੌਣ ਵੜ ਦੇਣੀਆਂ, ਉਹਨਾਂ ਦੇ ਅਨਾਥ ਬੱਚਿਆਂ ਨੂੰ ਇਨਸਾਫ ਦੇਣਾ। ਦੂਜਾ ਰੱਖ ਕੇ ਆਏ ਹਾਂ ਜੱਗੂ, ਮਨੂ, ਹਰਜੀਤ ਕੌਰ ਉਹਦੀ ਮਾਤਾ, ਕਾਂਗਰਸ ਦੇ ਵੱਡੇ ਸਪੋਰਟਰ, ਅਤੇ ਜਿਹੜਾ ਨੈਕਸਸ ਐਕਸਟੋਰਸ਼ਨ ਦਾ ਚੱਲ ਰਿਹਾ, ਡਰੱਗ ਦਾ ਚੱਲ ਰਿਹਾ, ਕਿਲਿੰਗ ਦਾ ਚੱਲ ਰਿਹਾ, ਉਹ ਪੈਸਾ ਕਿੱਥੇ ਜਾ ਰਿਹਾ? 1000 ਕਰੋੜ ਦਾ ਜਾਂ IPL ਉਹਦਾ ਭਰਾ ਚਲਾ ਰਿਹਾ, ਉਹਦਾ ਗੱਲ ਕਰਕੇ ਆਏ ਹਾਂ। ਦੂਜਾ ਕਾਂਗਰਸ ਦਾ ਬਲਾਕ ਸੰਮਤੀ ਮੈਂਬਰ ਬੱਬੂ ਸੁੱਖਾ ਰਾਜੂ, ਕਮਲ ਮਨਜੋਤ, ਸੁੱਖੀ ਰੰਧਾਵੇ ਦੇ ਸਾਰੇ ਮਦਦਗਾਰ ਸਪੋਰਟਰ ਨਾਲ ਬੈਠੇ ਆ, ਉਹ ਇਸ ਨੈਕਸਸ 'ਚ ਭਾਈਵਾਲ ਹੈ, ਉਹਨਾਂ ਦੀ ਇਨਕੁਆਇਰੀ, ਉਹਨਾਂ 'ਤੇ ਪਰਚੇ ਦਰਜ ਹੈ 307 ਦੇ, ਕਾਰਵਾਈ ਕੋਈ ਨਹੀਂ ਹੁਸ਼ਿਆਰਪੁਰ ਦਾ, ਉਹ ਵੀ ਦੇ ਕੇ ਆਏ ਹਾਂ। ਤੀਜੀ ਗੱਲ ਕਿ ਜੇ ਚੁਣੇ ਹੋਏ ਨੁਮਾਇੰਦੇ ਕਿਸੇ ਨਾਲ ਬੇਇਨਸਾਫੀ ਹੋਵੇ, ਕਿਸੇ ਦਾ ਮਰਡਰ ਹੋਵੇ, ਜੇ ਅਸੀਂ ਜਾ ਕੇ ਉੱਥੇ ਦੁੱਖ ਸਾਂਝਾ ਕਰੀਏ ਅਤੇ ਜੋ ਸਾਨੂੰ ਪਰਿਵਾਰ ਦੱਸੇ ਉਹ ਗੱਲ ਕਰੀਏ, ਅਤੇ ਸਾਨੂੰ ਸਰਕਾਰ ਦਾ ਇੱਕ ਵਜ਼ੀਰ ਵੀ ਥ੍ਰੈਟ ਕਰਨ ਦੀ ਕੋਸ਼ਿਸ਼ ਕਰੇ, ਅਤੇ ਨਾਲ ਫਿਰ ਆਪਦੇ ਗੈਂਗਸਟਰਾਂ ਤੋਂ ਮੇਰੀ ਵੀਡੀਓ ਚੜ੍ਹਾ ਕੇ ਜੇਲ੍ਹ 'ਚੋਂ ਥ੍ਰੈਟ ਕਰਾਵੇ, ਇਹ ਸਾਫ ਦੱਸਦਾ ਕਿ ਹਾਲਾਤ ਕਿੱਧਰ ਨੂੰ ਤੁਰੇ ਜਾਂਦੇ। ਦੇਖੋ, ਸਾਡਾ ਕੰਮ ਹੈ ਭਰੋਸਾ ਕਰਨਾ, ਸਾਡਾ ਕੰਮ ਹੈ ਨੋਟਿਸ 'ਚ ਲਿਆਉਣਾ, ਕਿਉਂਕਿ ਅਸੀਂ ਕੋਈ ਵੀ ਅਗਲਾ ਕਦਮ ਪੁੱਟਾਂਗੇ, ਪਹਿਲਾ ਸਵਾਲ ਸਾਨੂੰ ਹੋਣਾ ਤੁਸੀਂ DGP ਸਾਹਿਬ ਕੋਲ ਗਏ? ਸਾਡਾ ਇਹ ਮੰਨਣਾ ਕਿ ਸਾਡਾ ਇਹ ਫਰਜ਼ ਹੈ, ਵੀ ਫੀਲ DGP ਸਾਹਿਬ ਵਿਲ ਬੀ ਇੰਪਾਰਸ਼ਲ, ਪ੍ਰੋਫੈਸ਼ਨਲ ਬੰਦੇ ਨੇ। ਹਾਂ, ਮਗਰ ਉਹਨਾਂ ਨੂੰ ਇਸ ਗੱਲ ਦਾ ਬੜਾ ਫਿਕਰ ਹੈ ਕਿ ਮੇਰੇ ਹੈ ਤਾਂ ਆਫਟਰ ਆਲ ਹਰ ਚੀਜ਼ ਲਈ ਰਿਸਪੋਂਸੀਬਲ, ਅਖੀਰ 'ਚ ਦਾ ਬੋਲ ਵਿਲ ਸਟੋਪ ਐਟ DGP ਫੁੱਟਸਟੈਪਸ। ਸੋ ਫਿਕਰ ਤਾਂ ਉਹਨਾਂ ਨੂੰ ਪਿਆ, ਅੱਖਾਂ ਖੁੱਲੀਆਂ, ਮਗਰ ਹੁਣ ਕਿੰਨਾ ਸੱਚ ਵੱਲ ਜਾਂਦੇ ਆ, ਕਿੰਨਾ ਕਵਰ ਅਪ ਕਰਦੇ ਆ, ਮੈਂ ਉਹਨਾਂ ਦਾ ਬੁਲਾਰਾ ਨਹੀਂ, ਉਹ ਤਾਂ ਉਹ ਦੱਸ ਸਕਦੇ। ਮੈਂ ਤਾਂ ਸਾਰੇ ਤੱਥਾਂ ਦੇ ਨਾਲ ਤੁਹਾਡੇ ਸਾਹਮਣੇ ਗੱਲ ਰੱਖੀ ਹੈ। ਤੁਸੀਂ MLA ਨੂੰ ਥ੍ਰੈਟ ਕਰਨਾ, ਜੇਲ੍ਹ 'ਚ ਅੰਦਰ ਬੰਦਾ ਬੰਦ ਹੈ, ਉਹਦੇ ਕੋਲ ਕਿਹੜੀ ਇਹੋ ਜਿਹੀ ਫੈਸਿਲਿਟੀ ਹੈ? ਦਿਓ ਇਹੋ ਜਿਹੀ 5-star ਫੈਸਿਲਿਟੀ ਦਾ ਪਰਦਾਫਾਸ਼ ਕਰੋ ਕਿ ਉਹ ਐਡਾ ਕੰਮ ਚਲਾ ਰਹੇ ਨੈਕਸਸ, ਇਸੇ ਨੈਕਸਸ 'ਤੇ ਤਾਂ ਰੌਲਾ ਚੱਲ ਰਿਹਾ ਕਿ UP ਬਿਹਾਰ 'ਚ ਜਿਹੜਾ ਚੱਲਦਾ ਸੀ ਉਹ ਇੱਥੇ ਚਲਾਤਾ ਇਹਨੇ। ਔਰ ਇਹ ਸਾਰੇ ਬੰਦੇ ਕਿਵੇਂ ਸੁੱਖੀ ਰੰਧਾਵੇ ਦੇ ਨਾਲ ਹੀ ਸੰਬੰਧਿਤ ਨੇ, ਉਹਦੇ ਹਲਕੇ ਨਾਲ ਸੰਬੰਧਿਤ ਹੈ, ਉਹਦੇ ਹੀ ਵੋਟਰ ਸਪੋਰਟਰ, ਇਹ ਤਾਂ ਰਿਕਾਰਡ ਦੀ ਗੱਲ ਹੈ। ਕੱਲ੍ਹ ਉਹਨੇ ਪ੍ਰੈਸ ਕਾਨਫਰੰਸ ਕੀਤੀ, ਇੱਕ ਗੱਲ ਦਾ ਜਵਾਬ ਦਿੱਤਾ ਜੀ ਕਿ ਉਹਨੇ ਕਿਹਾ ਕਿ ਮੈਂ ਉਹਦੀ ਮਾਤਾ ਨੂੰ, ਜੱਗੂ ਦੀ ਮਾਤਾ ਨੂੰ ਨਹੀਂ ਜਾਣਦਾ, ਕਿ ਉਹਨੇ ਕਿਹਾ ਕਿ ਮੈਂ ਉਹਨੂੰ ਨਹੀਂ ਮਿਲਦਾ, ਨਹੀਂ। ਕੀ ਉਹਨੇ ਬੱਬੂ ਸੁੱਖਾ ਰਾਜੂ ਦੀ ਗੱਲ ਕੀਤੀ? ਨਹੀਂ। ਕੀ ਉਹਨੇ ਆਖਿਆ ਕਿ ਮੈਂ ਕਮਲ ਅਤੇ ਮਨਜੋਤ ਨੂੰ ਨਹੀਂ ਮਿਲਦਾ? ਨਹੀਂ। ਇੱਕ ਗੱਲ ਦਾ ਜਵਾਬ ਨਹੀਂ ਦਿੱਤਾ, ਸੱਜੇ ਖੱਬੇ ਖਿੱਚੀ ਬੁੜ 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 ਕਰਕੇ ਗੱਲ ਪਾ, ਇੱਧਰ ਗੱਡੀ ਨਹੀਂ ਚੱਲਣੀ ਭਾਊ, ਹੁਣ ਹਮਲਾਂ 'ਤੇ ਨਵੇੜੇ। ਹਾਂ, ਅੱਛਾ ਹੋਰ ਦੱਸ ਲਓ, ਮੈਂ ਹੈਰਾਨ ਹਾਂ, ਉਹ ਵਾਕਈ ਜਿਵੇਂ ਬਕਲਾੜ 'ਚ ਬੰਦਾ ਹੁੰਦਾ, ਕਹਿੰਦਾ ਵੇਖੋ, ਕਹਿੰਦਾ ਜੀ ਹਮਦਰਦੀ ਵੇਖੋ ਆਪਦੇ ਛੋਟੇ ਵੀਰ ਲਈ ਉਹਨੂੰ ਕਿੰਨੀ ਹੋਈ, ਛੋਟਾ ਵੀਰ ਕਿਹੜਾ ਸਮਝ ਰਹੇ ਹੋ ਨਾ, ਜੱਗੂ ਭਗਵਾਨਪੁਰੀ ਆ, ਕਹਿੰਦਾ ਜੀ ਉਹਨੂੰ ਝੂਠੇ ਕੇਸ 'ਚ ਫਸਾਤਾ। ਦੱਸ ਤੈਨੂੰ ਕਿਸ ਤੋਂ ਪਤਾ ਲੱਗਿਆ ਬਾਬਾ ਝੂਠਾ ਕੇਸ ਸੀ ਕਿ ਸੱਚਾ ਸੀ? ਔਰ ਕਹਿੰਦਾ ਕੇਸ, ਕਹਿੰਦਾ 29 ਮਜੀਠੇ ਉੱਥੇ ਦਰਜ ਹੋਏ ਆ। ਪਹਿਲਾਂ ਤਾਂ ਉਹਨੂੰ ਕਹੋ ਜਿਹੜਾ ਕੇਸ ਦਰਜ ਕਰਦਾ ਔਰ ਜਿਹੜਾ ਕੰਨੋਂ ਫੜ ਕੇ ਅੰਦਰ ਦਿੰਦਾ, ਉਹਦੀ ਮਨਸ਼ਾ ਸਾਫ ਹੋ ਜਾਂਦੀ ਹੈ। ਅਤੇ ਤੈਨੂੰ ਕਾਹਦਾ ਦਰਦ ਹੋ ਰਿਹਾ ਕਿ ਉਹ ਝੂਠਾ? ਤੂੰ ਕਿੱਥੋਂ ਫੈਸਲਾ ਕਰ ਲਿਆ? ਕਰਾ ਇਨਕੁਆਇਰੀ, ਫਿਰ ਲੱਗ ਜੂ ਪਤਾ ਕਿ ਤੂੰ ਤਾਂ ਉਹਦੇ ਹੱਕ ਦੀ ਇਨਕੁਆਇਰੀ ਕਰਾ ਰਿਹਾ ਕਿ ਉੱਥੇ ਪਰਚਾ ਦਰਜ ਝੂਠਾ ਹੋਇਆ। ਇਹ ਹਾਲਾਤ, ਇਹ ਨਹੀਂ ਆਖਿਆ ਕਿ ਪਰਚੇ ਸਹੀ ਦਰਜ ਹੋਏ, ਵਧੀਆ ਹੋਏ, ਹੋਰ ਰੰਗਤ ਦੇ ਦਿੱਤੀ, ਕਹਿੰਦਾ ਝੂਠਾ ਪਰਚਾ ਦਰਜ ਕਰਾਇਆ। ਇਹ ਹਾਲਾਤ ਬਣ ਗਏ ਹੈ। ਇਹਨੂੰ ਆਪਦੇ ਛੋਟੇ ਵੀਰ ਦਾ ਐਡਾ ਫਿਕਰ ਮਾਰ ਰਿਹਾ ਕਿ ਇਹਨੂੰ ਕੋਈ ਕਸ਼ਟ ਨਾ ਆ ਜਾਏ, ਇਹਨੂੰ ਕੋਈ ਦਰਦ ਨਾ ਪਹੁੰਚੇ। ਇਹਦਾ ਮਾਂ, ਦੇਖੋ ਪੁਰਾਣੇ ਜ਼ਮਾਨੇ 'ਚ ਜੇ ਕੋਈ ਪਰਿਵਾਰ ਕਿੱਥੇ ਟੈਰਰਿਜ਼ਮ ਨਾਲ ਕਹਿ ਦਿੰਦੇ ਸੀ ਨਾ, ਸਾਰਾ ਪਰਿਵਾਰ ਉਹਦਾ ਖਤਮ ਹੋ ਜਾਂਦਾ, ਬੜੇ ਰੌਲੇ ਤੁਹਾਡੇ ਸਾਹਮਣੇ। ਇਹ ਪਹਿਲਾ ਹੀ ਹੈ
ਕਿ ਇਹ ਗੈਂਗਸਟਰ ਨੇ ਉਸ ਸਮੇਂ ਨਾਲੋਂ ਵੱਧ ਕਤਲ ਕੀਤੇ ਆ, ਅਤੇ ਇਹਦੀ ਮਾਤਾ ਇਹਨੂੰ ਚੂਰੀ ਖਵਾਵੇ, ਇਹ ਜਾ ਕੇ ਰੋਟੀ ਖਾਵੇ ਉਹਨਾਂ ਦੇ ਘਰ, ਉਹ ਇਹਦੀ ਸਪੋਰਟ ਕਰੇ ਔਰ ਉਹ ਸਰਪੰਚ ਬਣੇ, ਬਾਕੀ ਬਲਾਕ ਸੰਮਤੀ ਮੈਂਬਰ ਬਣਨ, ਸਾਰਿਆਂ ਦਾ ਕੰਮ ਵੱਧਦਾ ਹੀ ਤੁਰਿਆ ਜਾ ਰਿਹਾ। ਔਰ ਫਿਰ ਸਰਪ੍ਰਸਤੀ ਹੈ ਕਿਹਦੀ? ਫਿਰ ਜੇ ਵੱਧ ਕਿਹਦੇ ਕਰਕੇ ਵੱਧ ਰਿਹਾ? ਇਹ ਕੋਈ ਰਾਕਟ ਸਾਇੰਸ ਹੈ? ਟਰੰਪ ਦੀ ਇਨਕੁਆਇਰੀ ਹੋ ਰਹੀ ਹੈ, ਉੱਥੇ ਵਾਰ ਵਾਰ ਕਹਿੰਦੇ 2+2=4, ਇੱਥੇ ਤਾਂ ਸਪਸ਼ਟ ਹੀ ਹੈ ਕਿ 4 ਹੀ ਹੈ, ਹੋਰ ਹੈ ਹੀ ਕੁਛ ਨਹੀਂ। ਤੁਸੀਂ ਤਾਂ ਐਡੇ ਸਿਆਣੇ ਹੋ ਜੀ, ਬਟਾਲੇ 'ਚ ਬਲਾਸਟ ਹੋਇਆ ਸੀ, ਮੈਨੂੰ ਲੱਗਦਾ 21 ਬੰਦੇ ਮਰੇ ਜੀ, 24, ਉਹ ਇਨਕੁਆਇਰੀ ਕਿਹਦੇ ਥੱਲੇ ਬੈਠੀ? SSP DC ਥੱਲੇ। ਔਰ ਉਹਨਾਂ ਨੇ, ਅਸੀਂ ਉਦੋਂ ਨਹੀਂ ਕਹਿ ਤਾ ਸੀ ਕਵਰ ਅਪ ਓਪਰੇਸ਼ਨ, 70 ਜੀ ਮਰੇ ਅੰਮ੍ਰਿਤਸਰ 'ਚ, ਅਸੀਂ ਉਦੋਂ ਨਹੀਂ ਕਹਿ ਤਾ ਸੀ ਕਮਿਸ਼ਨਰ ਨੇ ਵਿਚਾਰੇ ਨੇ ਕੀ ਵਜ਼ੀਰ ਦੀ ਇਨਕੁਆਇਰੀ ਕਰਨੀ, ਕਵਰ ਅਪ ਹੋਣਾ। ਅੱਜ ਤੱਕ ਕੋਈ ਗੁਨਾਹਗਾਰ, 100 ਬੰਦਾ ਮਰ ਗਿਆ, ਕੋਈ ਗੁਨਾਹਗਾਰ? ਨੋ, ਕਵਰ ਅਪ, ਇਹ ਵੀ ਕਵਰ ਅਪ ਹੋ ਰਿਹਾ। SSP ਦੇ ਥੱਲੇ ਉਹਨੇ ਕੀ ਕਹਿ ਦੇਣਾ ਕਿ SSP ਦੀ ਗਲਤੀ? ਔਰ ਮੈਂ ਲਾਸਟ ਗੱਲ, ਸੋਰੀ, ਮੈਂ ਤੁਹਾਨੂੰ ਦੱਸਣਾ ਭੁੱਲ ਗਿਆ, ਵੇਖੋ ਇੱਕ ਕੇਸ ਤੁਹਾਡੇ ਤੋਂ ਸਾਰਿਆਂ ਤੋਂ ਦਬਾ ਲਿਆ ਗਿਆ, ਇੱਕ ਉਹ ਵੀਡੀਓ ਚਲਾਓ ਜੀ, ਉਹ ਜੇਲ੍ਹ ਵਾਲੀ ਇੱਕ, ਜਿਹੜੀ ਮੈਂ ਲਾਸਟ ਗੱਲ, ਜੱਗੂ ਭਗਵਾਨਪੁਰੀਏ ਦੀ ਵਾਈਫ ਸੀ, ਉਹਦਾ ਨਾਂ ਹੈ ਹਰਮਨਪ੍ਰੀਤ ਕੌਰ ਜਾਂ ਕੀ ਜੀ, ਚਲੋ ਮੈਂ ਉਸ ਗੱਲ 'ਚ ਨਹੀਂ ਜਾਂਦਾ, ਉਹਦਾ ਮਰਡਰ ਹੋਇਆ। ਕਿਉਂ ਹੋਇਆ ਮਰਡਰ? ਕਿਉਂਕਿ ਉਹਦਾ ਰੌਲਾ ਪੈ ਗਿਆ ਆਪਦੇ ਮਦਰ ਇਨ ਲੋਅ ਨਾਲ। ਉਸ ਮਰਡਰ ਦਾ ਕੋਈ ਸਬੂਤ ਆਇਆ ਸਾਹਮਣੇ? ਕੀਤੇ ਪਰਚਾ ਦਰਜ ਹੋਇਆ, ਰਾਤੋ ਰਾਤ ਉਹਦਾ ਸੰਸਕਾਰ ਕਰਤਾ ਗਿਆ ਔਰ ਬਾਡੀ ਨੂੰ ਪੁਰਤ ਪੁਰਤ ਕਰਤਾ ਗਿਆ, ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ, ਉਹ ਕਿਹਦੇ ਇਸ਼ਾਰੇ 'ਤੇ ਹੋਈ? ਅੱਜ ਤੱਕ ਉਹਦੀ ਪੋਸਟਮਾਰਟਮ ਦੀ ਰਿਪੋਰਟ ਕਿੱਥੇ ਹੈ? ਉਹ ਥਾਣੇਦਾਰ ਦੇ ਖਿਲਾਫ਼ ਕਿਉਂ ਨਹੀਂ ਐਕਸ਼ਨ? ਉਹ ਕਿਉਂ ਲੁਕੋਇਆ ਛੁਪੋਇਆ ਜਾ ਰਿਹਾ? ਕਿਉਂਕਿ ਉਹ ਸਪੋਰਟਰ ਸੁੱਖੀ ਰੰਧਾਵੇ ਦੀਆਂ ਕਾਂਗਰਸ ਲਈ ਵੋਟਾਂ ਇਕੱਠੀ ਕਰਦੀ। ਅੱਜ ਤੱਕ ਕੀ ਤੁਹਾਡੇ ਕਿਸੇ ਚੈਨਲ ਨੇ ਇਸ ਗੱਲ ਦੀ ਤਹਿਕੀਕਾਤ ਕੀਤੀ ਕਿ ਜੱਗੂ ਭਗਵਾਨਪੁਰੀਏ ਦੀ ਵਾਈਫ ਦਾ ਮਰਡਰ ਦੀ ਕੀ ਰਿਪੋਰਟ ਹੈ? ਕੀਤੇ FIR ਦਰਜ? ਔਰ ਆਖੀਰਲੀ ਵੀਡੀਓ ਸੁਣ ਲਓ, ਆ ਹੈਪੀ ਬਰਥਡੇ ਇਹ ਕਾਂਗਰਸ ਬਾਹਰ ਮਨਾਉਂਦੀ ਹੈ ਇੰਦਰਾ ਗਾਂਧੀ ਦੇ, ਅਤੇ ਜੇਲ੍ਹ ਦੇ ਅੰਦਰ ਮਨਾਉਂਦੀ ਹੈ ਜੱਗੂ ਭਗਵਾਨਪੁਰੀਏ ਦੇ ਅਤੇ ਸੁੱਖੀ ਰੰਧਾਵੇ ਦੇ। ਆਹ ਕੰਮ ਇਹ ਚੱਲਦਾ ਜੀ। ਜੇਲ੍ਹ ਦੇ ਅੰਦਰ ਵੀ ਜੀ, ਫੋਨ ਦੇਖੋ ਕਿੰਨੇ ਚੱਲ ਰਹੇ, ਫੋਨ ਦੇਖੋ ਮੂਵੀਜ਼ ਕਿੰਨੀਆਂ ਬਣ ਰਹੀਆਂ, ਇੱਕ ਮੋਬਾਈਲ ਨਹੀਂ ਹੈ, 100 ਸੁਣਿਓ। ਉਹ ਆ ਗਿਆ, ਆਹ ਜੱਗੂ ਭਗਵਾਨਪੁਰੀ ਹੈ। ਹੈਪੀ ਬਰਥਡੇ ਟੂ ਡੀਅਰ ਜੱਗੂ ਵੀਰ, ਬਾਹਰ ਸੁੱਕੀ ਗਾਉਣ ਡਿਆ, ਅੰਦਰ ਇਹ ਗਾਉਣ ਡੇ, ਇਹ ਹਾਲਾਤ ਬਣੇ ਪਏ ਆ, ਤਰਸ ਕਰੋ। ਉਹ ਜਿੰਨੇ ਵਿਚਾਰੇ ਡਾਕਟਰ, ਹੋਟਲ ਵਾਲੇ, ਬਿਜ਼ਨਸਮੈਨ ਅੱਜ ਡਰਦੇ ਮੂੰਹ ਨਹੀਂ ਖੋਲਦੇ ਕਿ ਜੇ ਕਾਂਗਰਸ ਹੀ ਸੇਫ ਨਹੀਂ, ਇਹ ਗੁਰਦੀਪ ਭਲਵਾਨ ਦਾ ਅੱਜ ਤੱਕ ਇਨਸਾਫ ਨਹੀਂ ਦੇ ਸਕੇ, ਅਤੇ ਕਿੱਥੇ ਇਹ ਬੱਚਿਆਂ ਨੂੰ ਇਨਸਾਫ ਕਿੱਥੋਂ ਮਿਲਣਾ? ਇਸ ਲਈ ਇਹ ਇਨਸਾਫ ਦੀ ਲੜਾਈ ਹੈ, ਮੇਰੀ ਕੋਈ ਪਰਸਨਲ ਲੜਾਈ ਕਿਸੇ ਨਾਲ ਨਹੀਂ। ਐਵੇਂ ਭੁਲੇਖੇ ਨਾ ਕੱਢ ਦੇਣ, ਐਵੇਂ ਮਾਰਦੇ ਫਿਰਦੇ ਛਾਲਾਂ, ਮੇਰੀ ਭਾਈ ਸਾਹਿਬ ਇਹਨਾਂ ਨਾਲ ਕਿਸੇ ਨਾਲ ਲੜਾਈ ਨਹੀਂ। ਔਰ ਜਾਖੜ ਸਾਹਿਬ ਨੂੰ ਮੈਂ ਕਹੂੰਗਾ, ਭੀਸ਼ਮ ਪਿਤਾਮਾ ਦੀ ਪਛਾਣ ਕਰੋ ਔਰ ਅਸਲੀ ਨੂੰ, ਸੱਚ ਨੂੰ ਸੱਚ ਕਹਿਣਾ ਸਿੱਖੋ। ਧੰਨਵਾਦ ਜੀ।
ਗੁਰਪਿਆਰਿਓ, ਗੱਲ ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਵੇ ਜਾਂ ਕਾਂਗਰਸ ਪਾਰਟੀ ਦੀ, ਇਹ ਉਹ ਰਵਾਇਤੀ ਪਾਰਟੀਆਂ ਨੇ ਜੋ ਸਾਲ ਦਰ ਸਾਲ ਦਹਾਕਿਆਂ ਦੇ ਦਹਾਕੇ ਪੰਜਾਬ ਤੇ ਕਾਬਜ਼ ਰਹੀਆਂ ਨੇ, ਪਰ ਪੰਜਾਬ ਦੀ ਆਵਾਮ ਨੂੰ ਕਦੇ ਵੀ ਸੁੱਖ ਦਾ ਸਾਹ ਨਹੀਂ ਆਇਆ। ਮੰਤਰੀਆਂ ਦੀ ਇਹ ਲੜਾਈ ਵੇਖ ਕੇ ਤੁਹਾਨੂੰ ਆਪ ਅੰਦਾਜ਼ਾ ਹੋ ਗਿਆ ਹੋਣਾ ਹੈ ਕਿ ਕੌਣ ਕਿੰਨਾ ਕੀ ਦੁੱਧ ਦਾ ਤੁਲਿਆ ਹੈ ਤੇ ਕੌਣ ਕਿੰਨਾ ਕੀ ਸਾਫ਼। ਇਸ ਲਈ ਜੇਕਰ ਪੰਜਾਬ ਦੀ ਕਾਨੂੰਨ ਵਿਵਸਥਾ ਦਰੁਸਤ ਚਾਹੁੰਦੇ ਹਾਂ ਅਸੀਂ, ਤੇ ਜੇਕਰ ਵਾਕਈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਨਸ਼ੇ ਦੇ ਘੋਰ ਤੋਂ ਬਚਾਇਆ ਜਾ ਸਕੇ, ਕਿਸਾਨੀ ਬਚਾਈ ਜਾ ਸਕੇ, ਤਾਂ ਫਿਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਦੀ ਆਵਾਮ ਨੂੰ ਇੱਕ ਕਰੜਾ ਫੈਸਲਾ ਜ਼ਰੂਰ ਕਰਨਾ ਹੋਵੇਗਾ ਕਿ ਇਹਨਾਂ ਰਵਾਇਤੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਕਿਸੇ ਤੀਸਰੀ ਧਿਰ ਨੂੰ ਮਜ਼ਬੂਤੀ ਦੇ ਨਾਲ ਪੰਜਾਬ ਦੀ ਸਿਆਸਤ ਦੇ ਉੱਤੇ ਕਾਬਜ਼ ਕਰਵਾਇਆ ਜਾਵੇ, ਤਾਂ ਜੋ ਇਹਨਾਂ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੀ ਸਿਆਸਤ ਨੂੰ ਛੁਟਕਾਰਾ ਮਿਲ ਸਕੇ ਅਤੇ ਪੰਜਾਬ ਦੀ ਮੁੜ ਚੜ੍ਹਦੀ ਕਲਾ ਹੋ ਸਕੇ, ਉਸ ਪੰਜਾਬ ਦੀ ਜਿਸ ਨੂੰ ਕਦੀ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ, ਜਿਸ ਦਾ ਖੰਭ ਖੰਭ ਨੋਚ ਕੇ ਅੱਜ ਇਹਨਾਂ ਨੇ ਉਸਨੂੰ ਬੰਜਰ ਕਰ ਦਿੱਤਾ ਹੈ, ਉਸਨੂੰ ਅਪਾਹਿਜ ਕਰ ਦਿੱਤਾ ਹੈ, ਲਾਚਾਰ ਕਰ ਦਿੱਤਾ ਹੈ, ਨਸ਼ੇੜੀ ਕਰ ਦਿੱਤਾ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਇਹ ਜ਼ਰੂਰ ਕਰਨਾ। ਨਿਊਜ਼ ਡੈਸਕ ਰਿਪੋਰਟ, ਗੁਰਬਾਣੀ ਅਖੰਡ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।